Kapuna Gorike, Bapa Suta Dunavati, Mata Gora, Dile, Revike, Una de Dami Voyadio, Pastan, Kapuna Gala, Santan, Papa, Vagina, the Sugi, Tenema Sasa from Batala Rote, Das Bara Kilometer Day, Pastan, Hai, Tripo Sundar, Gotra Sakonia, Baba Indi, General Stan. ਉਥੇ ਜਨਮ ਹੋਇਆ ਔਰ ਮਾਤਾ ਪਿਤਾ ਬਹੁਤ ਧਾਰਮਿਕ ਵਿਅਕਤੀ ਵਾਲੇ ਸਨ ਕਿਉਂਕਿ ਮਾਤਾ ਤੇ ਪਿਤਾ ਇਹ ਸਾਡੇ ਪਹਿਲੇ ਗੁਰੂ ਨੇ ਬਚੇ ਨੇ ਪਹਿਲੇ ਗੁਰੂ ਗੁਰਦੇਵ ਮਾਤਾ ਗੁਰਦੇਵ ਪਿਤਾ ਮਾਤਾ ਤੋਂ ਬਚੇ ਨੇ ਜੋ ਦੁਨਿਆਵੀ ਅਟਲ ਕਲਾ ਸਿੱਖਣੀ ਹੁੰਦੀ ਹੈ ਇੱਕ ਮਾਤਾ ਇਹ ਹੈ ਜੋ ਬੱਚੇ ਨੂੰ ਭਗਤ ਬਣਾ ਸਕਦੀ ਹੈ ਬੱਚੇ ਨੂੰ ਸੂਰਮਾ ਬਣਾ ਸਕਦੀ ਹੈ ਤੇ ਜੇ ਉਹ ਧਿਆਨ ਨਹੀਂ ਦਿੱਤੀ ਬੱਚਾ ਫਿਰ ਹੋਰ ਵੀ ਕਈ ਕੁਛ ਬਣ ਜਾਂਦਾ ਹੈ ਆਪਾਂ ਨੂੰ ਵਿਚਾਰਨ ਦੀ ਲੋੜ ਹੈ ਦੂਸਰਾ ਹੈ ਗੁਰੂ ਪਿਤਾ ਜਿਸ ਤੋਂ ਉਹਨਾਂ ਨੇ ਬੱਚਿਆਂ ਨੇ ਆਪਣੇ ਆਪ ਹੀ ਕਰਨ ਸਿੱਖਣਾ ਹੁੰਦਾ ਇਸੇ ਤਰ੍ਹਾਂ ਬਾਬਾ ਸੁਖਾ ਰੰਧਾਵਾ ਜੀ ਮਾਤਾ ਗੌਰਾ ਜੀ ਬਹੁਤ ਹੀ ਧਾਰਮਿਕ ਵਿਅਕਤੀ ਵਾਲੇ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਅਤੇ ਮਾਤਾ ਗੌਰਾ ਜੀ ਨਾ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਤ੍ਰਿਲੋਕ ਪ੍ਰਤਾਪ ਦੀਆਂ ਸਾਖੀਆਂ ਸੁਣਾਉਂਦੇ ਸਨ ਇਹ ਮਾਤਾਵਾਂ ਨੂੰ ਹੁਕਮ ਹੈ ਬੇਨਤੀ ਹੈ ਕਿ ਬੱਚਿਆਂ ਨੂੰ ਜ਼ਰੂਰ ਐਸੀਆਂ ਕਥਾਵਾਂ ਦੇ ਨਾਲ ਜੋੜਿਆ ਕਰੋ ਜਿਨ੍ਹਾਂ ਦੇ ਨਾਲ ਉਹਨਾਂ ਦਾ ਗੁਰਬਾਣੀ ਦੇ ਨਾਲ ਪਿਆਰ ਪਵੇ ਗੁਰੂ ਘਰ ਦੇ ਨਾਲ ਪਿਆਰ ਪਵੇ ਕਿਉਂਕਿ ਬੱਚੇ ਹੀ ਸਾਡੇ ਅੱਗੇ ਸਾਡੀ ਕੌਮ ਦੇ ਵਾਰਸ ਨੇ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਮਾਤਾ ਗੌਰਾ ਨੇ ਐਸੀਆਂ ਕਹਾਣੀਆਂ ਕਥਾਵਾਂ ਸੁਣਾ ਕੇ ਬਾਬਾ ਬੁੱਢਾ ਜੀ ਦਾ ਮਨ ਜੋ ਬਹੁਤ ਨਿਰਮਲ ਸੀ ਹੋਰ ਨਿਰਮਲ ਕਰ ਦਿੱਤਾ ਤੇ ਸਮਾਂ ਆ ਗਿਆ ਜਦੋਂ ਉਮਰ ਹੋਈ ਸਵਾਰਾ 12 ਸਾਲ ਦੀ ਤੇ ਐਸੀ ਅਵਸਥਾ ਬਣੀ ਕਿ ਪਰਿਵਾਰ ਨੇ ਜੋ ਕੱਥੂ ਨਗਰ ਵਿਖੇ ਜ਼ਮੀਨ ਸੀ ਉਹ ਵੇਚ ਕੇ ਕਿਉਂਕਿ ਰਮਦਾਸ ਜੀ ਜਿਹੜੇ ਗੁਰਮੁਖ ਉੱਥੇ ਨੇ ਉਹਨਾਂ ਨੂੰ ਸਲਾਕੀ ਜਾਣਕਾਰੀ ਹੋਵੇਗੀ ਕਿ ਰਮਦਾਸ ਤੋਂ ਅੱਗੇ ਰਾਵੀ ਪੈਂਦਾ ਹੈ ਤੇ ਰਾਵੀ ਦਰਿਆ ਹੈ ਜਿਸ ਪਾਸੇ ਕਾਫੀ ਉਸ ਸਮੇਂ ਜ਼ਮੀਨਾਂ ਸਸਤੀਆਂ ਸਨ ਤੇ ਇਸ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਨੇ ਉੱਥੋਂ ਦੀ ਜ਼ਮੀਨ ਵੇਚ ਕੇ ਜਦੋਂ ਬਾਬਾ ਜੀ ਦੀ ਉਮਰ 12 ਸਾਲ ਦੀ ਹੋਈ ਤੇ ਰਮਦਾਸ ਵਿਖੇ ਉਹਨਾਂ ਨੇ ਗਾਣਾ ਕਰ ਲਿਆ ਖੇਤੀਬਾੜੀ ਦਾ ਕੰਮ ਜ਼ਿਮੀਦਾਰ ਤੁਸੀਂ ਦੇਖਦੇ ਹੋ ਜ਼ਿਮੀਦਾਰ ਜਿਹੜੇ ਹੁੰਦੇ ਨੇ ਉਹਨਾਂ ਦੇ ਸਾਰੇ ਹੀ ਬੱਚੇ ਚਾਹੇ ਧੀਆਂ ਹੋਣ ਚਾਹੇ ਪੁੱਤਰ ਉਹ ਥੋੜ੍ਹਾ ਥੋੜ੍ਹਾ ਆਪਣੇ ਮਾਤਾ ਪਿਤਾ ਦੇ ਕੰਮਾਂ ਦੇ ਵਿੱਚ ਬਾਬਾ ਬੁੱਢਾ ਜੀ ਜਦੋਂ 12 ਸਾਲ ਦੇ ਹੋਏ ਨੇ ਨਾਂ ਸੀ ਬੁੱਢਾ ਜੀ ਜਦੋਂ 12 ਸਾਲ ਦੇ ਹੋਏ ਉਹਨਾਂ ਨੇ ਵੀ ਮੱਝਾਂ ਚਾਰਨ ਦਾ ਕੰਮ ਸ਼ੁਰੂ ਕੀਤਾ ਪਰਿਵਾਰ ਦੇ ਨਾਲ ਕਿਰਤ ਦੇ ਵਿੱਚ ਥੋੜ੍ਹਾ ਥੋੜ੍ਹਾ ਸਾਥ ਦਿੰਦੇ ਸੀ ਤੇ ਪਰ ਰਾਵੀ ਮਾਂ ਨੂੰ ਲੈ ਜਾਂਦੇ ਸੀ ਕਿ ਉਸੇ ਹੀ ਸਮੇਂ ਜੋ ਬਖਸ਼ਿਸ਼ ਹੋਈ ਗੁਰੂ ਨਾਨਕ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਕਹਿ ਰਹੇ ਹੋ ਆਪਾਂ ਜਿੰਨੇ ਬੈਠੇ ਹਾਂ ਨਾ ਆਪਾਂ ਥੋੜ੍ਹਾ ਜਿਹਾ ਅੱਜ ਇਹ ਜੋ ਮਨਾਉਣੇ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਆਪਾਂ ਦਿਹਾੜੇ ਮਨਾਉਣੇ ਹਾਂ ਇਹ ਤਾਂ ਹੀ ਸਫਲਾ ਨੇ ਦੇ ਕੇ ਨਾ ਤੋਂ ਅਸੀਂ ਥੋੜ੍ਹਾ ਥੋੜ੍ਹਾ ਕੋਈ ਇੱਕ ਅੱਧੀ ਕਣੀ ਆਪਣੇ ਜੀਵਨ ਦੇ ਵਿੱਚ ਉਸ ਨੂੰ ਧਾਰ ਕੇ ਇਸ ਲੋਕ ਨੂੰ ਸੁਖੀ ਕਰਦੇ ਹੋਏ ਅਸੀਂ ਪਰ ਲੋਕ ਨੂੰ ਸਹੇਲਾ ਕਰ ਲਈਏ ਕਿਉਂਕਿ ਗੁਰਬਾਣੀ ਗੁਰੂ ਸਾਨੂੰ ਹੋਰ ਲੋਕਾਂ ਦਾ ਸੁੱਖ ਦਿੰਦੇ ਨੇ ਆ ਦੁਨਿਆਵੀ ਵਿੱਦਿਆ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਸਿਰਫ ਇਸ ਇੱਥੋਂ ਦਾ ਹੀ ਸੁੱਖ ਹੈ ਦੁਨਿਆਵੀ ਵਿੱਦਿਆ ਦੇ ਵਿੱਚ ਇੱਥੋਂ ਦਾ ਸੁੱਖ ਹੈ ਪਰ ਗੁਰਬਾਣੀ ਗੁਰੂ ਇਸ ਲੋਕ ਦਾ ਵੀ ਸੁੱਖ ਦਿੰਦੇ ਆ ਸਾਨੂੰ ਤੇ ਪ੍ਰਲੋਕ ਦਾ ਸੁੱਖ ਵੀ ਪੁੱਛਦੇ ਨੇ ਇਸ ਕਰਕੇ ਜਦੋਂ ਅਸੀਂ ਐਸੇ ਗੁਰਮੁਖਾਂ ਦਾ ਜੀਵਨ ਗੁਜ਼ਾਰਦੇ ਹਾਂ ਉਦੋਂ ਫਿਰ ਸਾਨੂੰ ਇਸ ਮਾਰਗ ਦੇ ਉੱਪਰ ਚੱਲਣ ਸੌਖ ਹੋ ਜਾਂਦੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਜਵਾਜੇ ਉਤਾਰਦੇ ਹੋਏ ਕਰਤਾਰਪੁਰ ਆ ਗਏ ਨੇ ਜਿਸ ਨੂੰ ਭਾਈ ਗੁਰਦਾਸ ਜੀ ਵੀ ਫਰਮਾਉਂਦੇ ਨੇ ਕਿ ਜੋ ਆਖਰੀ ਉਦਾਸੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਮੁਲਤਾਨ ਦੀ ਸੀ ਇਹਦੇ ਯਾਰ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਬਾਬੇ ਨਾਨਕ ਕਹਿ ਰਹੇ ਨੇ ਇਹਦੇ ਯਾਰ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਚੜ੍ਹੇ ਸਵਾਈ ਦਹਿ ਰਹੀ ਕਲਯੁਗ ਨਾਨਕ ਨਾਮ ਪਾਇਆ ਇਹਦੇ ਮਾਰਿਆ ਸਿੱਧਾ ਜਗਤ ਵਿੱਚ ਕੰਮ ਕਾਲ ਗੁਰੂ ਨਾਨਕ ਆਇਆ ਨਾਨਕ ਨਿਰਮਲ ਪੰਥ ਚਲਾਇਆ ਐਸੀ ਬਖਸ਼ਿਸ਼ ਸੀ ਜਗਤ ਚਲਾਉਂਦੇ ਉਤਾਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਜੋ ਰਾਵੀ ਤੋਂ ਬਾਹਰ ਹੈ ਉੱਥੇ ਆ ਕੇ ਉਹਨਾਂ ਨੇ ਪੱਕਾ ਟਿਕਾਣਾ ਬਣਾ ਲਿਆ ਧਰਮਸ਼ਾਲਾ ਬਣਾ ਦਿੱਤੀ ਦਿਨ ਰਾਤ ਉੱਥੇ ਨਾਮ ਸਿਮਰਨ
ਕਿ ਸੰਗਤਾਂ ਵਿੱਚੋਂ ਗੁਰੂ ਆ ਕੇ ਵਾਹਾ ਕਰ ਪਾਈ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਐਸੇ ਸਤਿਗੁਰੂ ਨੇ ਜਿਹਨਾਂ ਤੁਸੀਂ ਗੁਰਬਾਣੀ ਪੜ੍ਹਦੇ ਹੋ। ਸਤਿਗੁਰ ਪੂਰਾ ਪਾਰ ਜਾ ਸਿਮਰ ਕਰੇ, ਸਿਮਰ ਸਫਲ ਕਰੇ ਸਾਨੂੰ, ਕਿ ਉਸ ਪਾਰ ਜਾ ਦੇ ਰੁੱਖ ਨਾਲ ਜਿਹੜਾ ਵੀ ਰੁੱਖ ਸਿਮਰ ਵਰਗਾ ਲੱਗ ਜਾਂਦਾ ਹੈ ਉਹ ਵੀ ਕਰ ਜਾਂਦਾ ਹੈ। ਸਤਿਗੁਰ ਪਾਰ ਸਪਰਸਿਆ ਕੰਚਨ ਕਰੇ ਮਨੋਬਲ ਬਣਿਆ, ਮਾਨ ਸਰੋਵਰ ਸਤਿਗੁਰੂ ਕਾਰਗੋ ਹੰਸ ਜਨਮ ਬੋਲਦੀਆਂ। ਐਸੀ ਬਖਸ਼ ਸੀ ਗੁਰੂ ਨਾਨਕ ਸਾਹਿਬ ਦੀ, ਐਸੀ ਵਡਿਆਈ ਸੀ ਪ੍ਰਗਟ ਭਾਈ ਸੰਘੇ ਜਗ ਅੰਦਰ ਗੁਰੂ ਨਾਨਕ ਦੀ ਵਡਿਆਈ, ਐਸੀ ਖੁਸ਼ਬੂ ਉਹਨਾਂ ਦੀ ਜਿੱਥੇ ਜਿੱਥੇ ਵੀ ਪਹੁੰਚਦੀ ਸੀ ਲੋਕ ਭੌੜਿਆਂ ਦੇ ਮਨ ਇਕੱਠੇ ਹੋ ਕੇ ਪਹੁੰਚ ਜਾਂਦੇ ਸਨ। ਉਸੇ ਸਮੇਂ ਜਦੋਂ ਕਰਤਾਰਪੁਰ ਨੇ ਟਿਕਾਣਾ ਕੀਤਾ ਅਤੇ ਸਾਰੇ ਹੀ ਪਿੰਡਾਂ ਤੋਂ ਦੂਰੋਂ ਨੇੜਿਓਂ ਲੋਕ ਇਕੱਠੇ ਹੋ ਕੇ ਹਰ ਰੋਜ਼ ਜਾਂਦੇ ਸੀ ਕਰਤਾਰਪੁਰ, ਅਤੇ ਉਹ ਰਸਤੇ ਦੇ ਵਿੱਚੋਂ ਜਿੱਥੋਂ ਲੰਘਦੇ ਸੀ ਉੱਥੇ ਬਾਬਾ ਬੂੜਾ 12 ਸਾਲ ਦੀ ਉਮਰ 'ਚ ਮੱਝਾਂ ਚਾਰਦੇ ਸੀ, ਔਰ ਜਦੋਂ ਪੁੱਛਦੇ ਸੰਗਤਾਂ ਨੂੰ ਵੀ ਤੁਸੀਂ ਕਿੱਥੇ ਜਾਂਦੇ ਹੋ, ਉਹ ਦੱਸਦੇ ਕਿ ਇੱਥੇ ਬਾਬਾ ਨਾਨਕ ਆਇਆ, ਔਰ ਜਿਹੜਾ ਸਾਰੇ ਜਾਗ ਉਤਾਰ ਕੇ ਹੁਣ ਇੱਥੇ ਇਸ ਇਲਾਕੇ ਨੂੰ ਉਤਾਰ ਰਿਹਾ। ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੇ ਵਿੱਚ ਬੜਾ ਦਰਾਰ ਹੁੰਦਾ, ਕਈ ਵਾਰੀ ਛੋਟੀ ਉਮਰ ਸੀ ਜਾ ਨਹੀਂ ਸੀ ਸਕਦੇ, ਉਹਨਾਂ ਦਾ ਦਿਲ ਬੜਾ ਕਰਦਾ ਵੀ ਮੈਂ ਵੀ ਕਿਤੇ ਦਰਸ਼ਨ ਕਰਾਂ ਸਤਿਗੁਰਾਂ ਦੇ। ਗੁਰੂ ਕਹਿ ਰਹੇ ਜੇ ਤੁਸੀਂ ਮਨ ਦੇ ਵਿੱਚ ਕਿਤੇ ਇਹ ਬਣਾ ਲਓ ਨਾ, ਅਤੇ ਸਤਿਗੁਰ ਆਪ ਢੋਕ ਲਾ ਦਿੰਦੇ ਨੇ ਗੁਰਾਂ ਭਾਈ ਗੁਰਾਂ ਦੀ, ਕਿਤੇ ਚਰਨ ਸ਼ਰਨ ਹੋ ਕੇ ਇੱਕ ਪੈਂਡਾ ਲਿਆਏ ਜਦ ਸਤਿਗੁਰੂ ਉਹ ਪੈਂਡਾ ਆਗੇ ਹੋਏ ਦੇਖਦਾ ਹੈ। ਬਾਬਾ ਬੁੱਢਾ ਜੀ ਦੇ ਮਨ ਦੇ ਵਿੱਚ ਸੰਗਤਾਂ ਨੂੰ ਦੇਖ ਕੇ ਬੜਾ ਚਾਅ ਆਉਂਦਾ ਕਿ ਕਿਤੇ ਸਾਨੂੰ ਵੀ ਦਰਸ਼ਨ ਹੋਣ ਗੁਰੂ ਨਾਨਕ ਸਾਹਿਬ ਜੀ ਦੇ, ਅਤੇ ਉਹ ਗੁਰੂ ਨਾਨਕ ਸਾਹਿਬ ਜੀ ਜਿੱਥੇ ਕਰਤਾਰਪੁਰ ਵਿਖੇ ਬੈਠ ਕੇ ਸੰਗਤਾਂ ਉਤਾਰਦੇ ਸੀ, ਅਤੇ ਸਮੇਂ ਸਮੇਂ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਉਹ ਗੁਰਾਨ ਲਾਉਂਦੇ ਸੀ, ਅਤੇ ਸਾਨੂੰ ਦੀ ਮਹਾਨ ਕੋਸ਼ਿਸ਼ ਹੋਈ ਅਕਾਲ ਪੁਰਖ ਦੀ ਰਘੁਦਾਸ ਸਾਹਿਬ ਮਹਾਨ ਬਾਬਾ ਨਾਨਕ ਜੀ ਨੇ ਲਾਇਆ ਹੈ, ਔਰ ਬਹੁਤ ਵੱਡੀ ਸੰਗਤ ਸੀ। ਅੱਜ ਤੇ ਅਸੀਂ ਸੰਗਤ ਤੋਂ ਬਹੁਤ ਦੂਰ ਹੋ ਗਏ ਹਾਂ। ਗੁਰੂ ਨਾਨਕ ਸਾਹਿਬ ਦੇ ਸਮੇਂ ਇੰਨੀ ਜ਼ਿਆਦਾ ਸੰਗਤ ਸੀਗੀ ਕਿ ਕਿੰਨਾ ਵੱਡਾ ਇਕੱਠ ਹੁੰਦਾ ਸੀ, ਤੁਹਾਨੂੰ ਕਹਿ ਰਹੇ ਹੋ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਰਘੁਦਾਸ ਸਾਹਿਬ ਜਦੋਂ ਦੀਵਾਨ ਲੱਗਦਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਕੀਰਤਨ ਕਰ ਰਹੇ ਨੇ, ਬਾਬਾ ਬੁੱਢਾ ਜੀ ਵੀ ਆਪਣੇ ਮੱਝਾਂ ਨੂੰ ਛੱਡ ਕੇ ਕਿਉਂਕਿ ਸਮਾਂ ਮਿਲ ਗਿਆ ਆ ਕੇ ਸਭ ਤੋਂ ਅੱਗੇ ਬੈਠ ਗਏ ਨੇ ਦੀਵਾਨ ਦੇ ਵਿੱਚ, 12 ਸਾਲ ਦੀ ਉਮਰ ਹੈ ਅਜੇ, ਔਰ ਐਸੀ ਬਖਸ਼ਿਸ਼ ਹੋਈ ਗੁਰੂ ਨਾਨਕ ਸਾਹਿਬ ਦੇ ਕੀਰਤਨ ਦੇ ਵਿੱਚ ਐਸੇ ਜੁੜੇ ਕਿ ਸੁੱਖ ਬੁੱਧ ਭੁੱਲ ਗਈ ਔਰ ਸਾਰੀ ਸੰਗਤ ਉੱਠ ਕੇ ਚਲੇ ਗਈ ਅਤੇ ਬਾਬਾ ਬੁੱਢਾ ਜੀ ਅਜੇ ਉੱਥੇ ਬੈਠੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਉੱਠ ਕੇ ਫਿਰ ਆਪ ਉਹਨਾਂ ਨੂੰ ਬੁਲਾਇਆ ਅਤੇ ਜਦੋਂ ਉਹਨਾਂ ਨੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਰੱਖਿਆ ਅਤੇ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਉਠਾ ਕੇ ਆਪਣੇ ਛਾਤੀ ਦੇ ਨਾਲ ਲਾਇਆ ਅਤੇ ਪੁੱਛਿਆ ਜੀ ਬੇਟੇ ਨਾਮ ਕੀ ਹੈ। ਉੱਥੇ ਉਹਨਾਂ ਦੱਸਿਆ ਸੀ ਕਿ ਨਾਮ ਮੇਰਾ ਹੈ ਬੂੜਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਕਾਫ਼ੀ ਜੋ ਗੁਰਬਾਣੀ ਦਾ ਉਦੇਸ਼ ਸੀ ਉਹ ਸੁਣਾਉਣਾ ਸ਼ੁਰੂ ਕੀਤਾ ਅਤੇ ਨਾਲ ਉਹਨਾਂ ਨੂੰ ਬਚਨ ਕੀਤਾ ਜਿਵੇਂ ਆਪਾਂ ਆਮ ਕਰਦੇ ਹਾਂ ਕਿ ਤੁਸੀਂ ਵੀ ਸੁਣਾਓ ਕੋਈ ਬਚਨ। ਛੋਟੀ ਉਮਰ ਦੇ ਵਿੱਚ ਨੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਬੂੜੇ ਨੂੰ ਵੀ ਤੁਸੀਂ ਵੀ ਸੁਣਾਓ ਕੋਈ ਬਚਨ, ਅਤੇ ਹੱਥ ਜੋੜ ਕੇ ਖਲੋ ਗਿਆ ਕਹਿਣ ਲੱਗਾ ਬਾਬਾ ਜੀ ਮੈਂ ਮੌਤ ਤੋਂ ਬੜਾ ਡਰਦਾ ਅਤੇ ਮੈਂ ਦੇਖਦਾ ਹਾਂ ਕਿ ਮਾਤਾ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਬਾਲਦੀ ਹੈ ਨਾ ਅਤੇ ਵੱਡੀਆਂ ਲੱਕੜਾਂ ਤੋਂ ਬਾਅਦ 'ਚ ਮੱਚਦੀਆਂ ਨੇ, ਛੋਟੀਆਂ ਛੋਟੀਆਂ ਲੱਕੜਾਂ ਪਹਿਲਾਂ ਹੀ ਮੱਚ ਜਾਂਦੀਆਂ ਨੇ। ਸਾਡੇ ਪਿੰਡ ਦੇ ਵਿੱਚ ਜਦੋਂ ਆ ਟੈਕਸ ਲੈਣ ਆਉਂਦੇ ਸਿਪਾਹੀ ਮੁਗਲਾਂ ਦੇ ਘੋੜਿਆਂ 'ਤੇ ਆਉਂਦੇ ਨੇ, ਸਾਡੀਆਂ ਫਸਲਾਂ ਪੱਕੀਆਂ ਫੜ ਕੇ ਲੈ ਜਾਂਦੇ ਨੇ, ਕੱਚੀਆਂ ਨੂੰ ਬਜ਼ਾਰ ਜਾਂਦੇ ਨੇ, ਛੋਟੀਆਂ ਪੈਰਾਂ 'ਚ ਵਿੱਧ ਜਾਂਦੇ ਨੇ, ਅਤੇ ਮੈਂ ਦੇਖਦਾ ਕਿ ਇੱਕ ਐਸਾ ਖੇਲ ਹੈ ਪਿਤਾ ਦਾ ਕਿ ਕੋਈ ਇਹ ਨਹੀਂ ਹੈ ਕਿ ਬੁਢਾਪੇ ਜਾ ਕੇ ਪੂਰਾ ਹੋਵੇਗਾ, ਕਦੋਂ ਵੀ ਇਹ ਮੌਤ ਆ ਸਕਦੀ ਹੈ। ਅਤੇ ਕਹਿਣ ਲੱਗੇ ਇਹ ਜੰਮਣ ਅਤੇ ਮਰਨ ਕੀ ਹੈ, ਸਗੋਂ ਕਹਿ ਰਹੇ ਹੋ ਇੱਕੋ 12 ਸਾਲ ਦੀ ਉਮਰ ਦੇ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਤ ਵਚਨ ਕੀਤੇ ਨੇ ਜਿਸ ਤੋਂ ਖੁਸ਼ ਹੋ ਗਏ ਜਦੋਂ ਉਹਨਾਂ ਨੇ ਨਾਂ ਰੱਖਿਆ ਸੀ ਉਹਨਾਂ ਦਾ। ਪਹਿਲਾਂ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਜੰਮਣ ਅਤੇ ਮਰਨ ਕੀ ਹੈ, ਉਹ ਸਾਡਾ ਪਿਤਾ ਪਿਤਾ ਵੀ ਵੱਡਾ ਹੈ, ਉਸਦਾ ਨਾਮ ਕੀ ਹੈ ਅਤੇ ਮਾਇਆ ਕੀ ਹੈ। ਇਕਦਮ ਜਦੋਂ ਮਾਤਾ ਜੀ ਮੇਰੇ ਲਈ ਸਮਝਾਉਂਦੇ ਨੇ ਕਿ ਇਹ ਵਿਸ਼ਵਾਸ ਲੈ ਕੇ ਆਏ ਇਹਨਾਂ ਦਾ ਲੇਖਾ ਹੋਣਾ ਹੈ, ਇਹ ਲੇਖਾ ਕੀ ਹੈ, ਫਿਰ ਉਹਨਾਂ ਨੇ ਕਸਰ ਕਰ
जी ने कि ये जो साडा पिंड है इहदे विच जिमीदार वसदे ने शाह दे वसदे ने ते इक ओह चौकीदार जिसनूं लोक कहिंदे ने ओह वी वसदे ने। ਉਹ ਕਹਿੰਦਾ ਮੇਰੇ ਦੋਸਤ ਨੇ ਮੇਰਾ ਵਧਾ ਚਾਰਦੇ ਨੇ ਲੋਕੀ ਉਹਨੂੰ ਨੀਚ ਕਹਿੰਦੇ ਨੇ ਇਹ ਪੂੰਚ ਤੇ ਨੀਚ ਕੀ ਹੈ। ਇਹ ਬਾਬਾ ਬੁੱਢਾ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਪ੍ਰਗਟ ਕੀਤਾ ਤੇ ਜਿਹੜਾ ਸੱਤਵਾਂ ਲਾਸਟ ਪ੍ਰਗਟ ਕੀਤਾ ਸੀ ਉਹ ਕਿਹਾ ਸੀ ਬਾਬਾ ਜੀ ਇਹ ਦੱਸੋ ਕਿ ਅਸੀਂ ਤਾਂ ਖੇਤੀ ਕਰ ਰਹੇ ਹਾਂ ਤੁਸੀਂ ਦੱਸੋ ਖੇਤੀ ਚੰਗੀ ਹੈ ਕਿ ਜਾਂ ਹੱਡੀ ਕਰਨੀ ਜਾਂ ਵਪਾਰ ਕਰਨਾ ਕਿ ਜਾਂ ਦਿਹਾੜੀ ਕਰਨੀ। ਗੁਰੂ ਕਹਿ ਰਹੇ ਤੁਸੀਂ ਕੀ ਸਾਰੇ ਖੇਤ ਕਰਦੇ ਹੋ। ਹਰੇਕ ਦੇਸ਼ ਦੇ ਵਿੱਚ ਚਾਰ ਖੇਤਾਂ ਨੇ ਮੇਨ, ਕੋਈ ਖੇਤੀ ਕਰਦਾ ਹੈ, ਕੋਈ ਸ਼ੌਪ ਕਰਦਾ ਹੈ, ਕੋਈ ਬਿਜਨਸ ਕਰਦਾ ਹੈ, ਕੋਈ ਖਿਡਾਰੀ ਕਰਦਾ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਜੇ ਸੱਤ ਦਰਸ਼ਨ ਕੀਤੇ ਨਾ ਜਦੋਂ ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਬੁੱਢਾ ਨਹੀਂ ਤੂੰ ਤੇ ਬੁੱਢਾ ਨਹੀਂ, ਬੁੱਢਾ ਬਾਬਾ ਬੁੱਢਾ ਨਹੀਂ ਤੂੰ, ਕਿਉਂਕਿ ਬੁੱਢਾ ਹੁੰਦਾ ਹੈ ਬਜ਼ੁਰਗੀ ਸਿਆਣਪ। ਇਹ ਵੀ ਹੈ ਅੱਜ ਕੋਈ ਸੌ ਸਾਲ ਦਾ ਹੋ ਗਿਆ ਅਤੇ ਬੱਚਿਆਂ ਵਾਲੀ ਮੱਤ ਰਹਿ ਜਾਂਦੀ ਹੈ। ਬਜ਼ੁਰਗੀ ਉਹ ਹੈ ਜੋ ਨਾਲ ਦੀ ਨਾਲ ਸਿਆਣ ਨੂੰ ਬਦਲ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਤੂੰ ਬੁੱਢਾ ਨਹੀਂ ਤੂੰ ਤੇ ਬੁੱਢਾ ਨਹੀਂ, ਐਸਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਗਏ। ਅੱਜ ਤੱਕ ਉਹਨਾਂ ਨੂੰ ਆਪਾਂ ਉਸੇ ਨਾਮ ਦੇ ਨਾਲ ਯਾਦ ਕਰਦੇ ਹਾਂ। ਗੁਰੂ ਕਹਿ ਰਹੇ ਇਹ ਜੋ ਉਹਨਾਂ ਨੇ ਬਚਨ ਕੀਤਾ ਸੀ ਨਾ ਇੱਕ ਸ਼ਬਦ ਦੇ ਵਿੱਚ ਸ੍ਰੀ ਰਾਜ, ਤੁਸੀਂ ਕਈ ਵੀ ਪਾਤੇ ਹੋਵੋਗੇ ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ਸ੍ਰੀ ਰਾਜ ਦਾ ਅਤੇ ਨਾਲ ਸੋਹਣ ਰਾਜ ਦੇ ਦੋ ਸ਼ਬਦ ਬੋਲ ਕੇ ਇਹ ਸੱਤਾਂ ਹੀ ਪ੍ਰਸ਼ਨਾਂ ਦੇ ਜਵਾਬ ਦੇ ਦਿੱਤੇ। ਕਹਿਣ ਲੱਗੇ ਬਾਬਾ ਮਾਇਆ ਸਾਫ, ਮਾਇਆ ਸਾਫ ਨਾ ਹੋਏ ਇਹ ਸੋਹਣ ਰਾਗ ਦੇ ਵਿੱਚ। ਉਸ ਤੋਂ ਪਹਿਲਾਂ ਸ੍ਰੀ ਰਾਜ ਦੇ ਵਿੱਚ ਬੋਲਿਆ ਬਾਬਾ ਮਾਇਆ ਰਤਨਾ ਧੋ, ਅੰਧੇ ਨਾਮ ਵਿਸਾਰਿਆ ਨਾ ਦਿਸੇ ਨਾ ਹੋ, ਰਹਾਉ ਵਾਲੀ ਪੰਕਤੀ ਹੈ। ਇਹਦੇ ਬਾਬਾ ਮਾਇਆ ਰਚਨਾ ਧੋ, ਮਾਇਆ ਵੱਲ ਪੁੱਛਿਆ ਸੀ ਨਾ ਮਾਇਆ ਕੀ ਹੈ, ਉਹ ਕਹਿੰਦੇ ਕਿ ਜੇ ਤੇ ਤੁਸੀਂ ਨਾਮ ਤੋਂ ਹੇੜੇ ਹੋ ਅੰਧੇ ਨਾਮ ਵਿਸਾਰਿਆ ਨਾ ਦਿਸੇ ਨਾ ਹੋ, ਕਿਤੇ ਜੇ ਤੇ ਨਾਮ ਤੋਂ ਬਿਨਾਂ ਤੁਸੀਂ ਕਿਰਤ ਨਾਲ ਜੁੜੇ ਹੋ, ਕਰਮ ਨਾਲ ਜੁੜੇ ਹੋ ਤੇ ਉਹ ਹੈ ਮਾਇਆ, ਉਹਨੂੰ ਅੰਧੇ ਕਹਿੰਦੇ ਨੇ। ਕਹਿੰਦੇ ਜੇ ਤੁਸੀਂ ਕਿਰਤ ਦੇ ਨਾਲ ਕਰਮ ਦੇ ਨਾਲ ਨਾਲ ਨਾਮ ਕਰਦੇ ਹੋ ਤੇ ਉਹ ਹੈ ਤੁਹਾਡੀ ਕਿਰਤ, ਉਹ ਹੈ ਸੁਕਿਰਤ। ਇਸ ਕਰਕੇ ਉਹਨੂੰ ਸਮਝਾਇਆ ਸੀ, ਸ਼ੁਰੂ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ, ਲੇਖੇ ਬੋਲਣ ਬੋਲਣ, ਲੇਖੇ ਖਾਣਾ ਖਾਓ, ਲੇਖੇ ਵਾਰਤ ਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪਰ ਇਹ ਵੀ ਪੁੱਛਣ ਜਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਪਤਨ ਕੀਤਾ, ਜਿਹੜਾ ਉਹਨਾਂ ਨੇ ਸਵਾਲ ਕੀਤਾ ਸੀ ਕਿ ਲੇਖਾ ਕੀ ਹੈ। ਮਾਤਾ ਜੀ ਕਹਿੰਦੇ ਨੇ ਲੇਖਾ ਹੋਣਾ ਤੁਹਾਡੇ ਸਵਾਸਾਂ ਦਾ, ਗੁਰੂ ਕਹਿ ਰਹੇ ਹੋ ਇਹ ਆਪਾਂ ਨੂੰ ਹੀ ਸਾਰਾ ਸਮਝ ਲੈਣਾ ਚਾਹੀਦਾ ਹੈ। ਇਹੀ ਆਪਾਂ ਉਪਦੇਸ਼ ਨੂੰ ਆਪਣੇ ਹਿਰਦੇ ਨੂੰ ਸੁਣਾਉਣਾ ਹੁੰਦਾ ਕਿ ਸਾਨੂੰ ਗਿਣਤੀ ਦੇ ਸਵਾਸ ਦਿੱਤੇ ਗਏ ਨੇ, ਲੇਖੇ ਸਾਹ ਲਵਾਈਏ, ਉਹਨੇ ਪੜ੍ਹੇ ਕੇ ਪੁੱਛਣ ਜਾਓ। ਕਹਿੰਦੇ ਜਿਹਨੇ ਤੁਹਾਨੂੰ ਸਵਾਸ ਦਿੱਤੇ ਨੇ ਗੁਰਬਾਣੀ ਜਿੱਤੇ ਸਮਝਾਇਆ ਕਿ ਇਹ ਕੱਲਾ ਕੱਲੇ ਸਵਾਸ ਦਾ ਲੇਖਾ ਹੋਣਾ ਹੈ ਅਤੇ ਸਵਾਸ ਨੂੰ ਗਿਣਤੀ ਦੇ ਨੇ ਨਾਨਕਾਲੇ ਸਾਹਿਬ ਦੇ ਉਸ ਸਵਾਸ ਦਾ ਵਧਣ ਘਟਣ ਦੇ ਅਨੁਸਾਰ ਇਹ ਵਧਣੇ ਘਟਣੇ ਨਹੀਂ ਪਰ ਆਪਾਂ ਖਰਚੇ ਕਿੱਥੇ ਨੇ ਉਹਦਾ ਲੇਖਾ ਹੋਣਾ ਹੈ। ਕਿਉਂਕਿ ਇਹ ਜੋ ਸਵਾਸ ਹੈ ਨਾ ਇਹਨਾਂ ਨੂੰ ਹੀਰੇ ਕਿਹਾ, ਹੀਰੇ ਗੁਰ ਦਾ ਸ਼ਬਦ ਰਤਨ ਹੈ, ਹੀਰੇ ਜਿੰਦ ਜਿਹੜਾ ਉਹ ਆਪਾਂ ਵਾਹਿਗੁਰੂ ਗੁਰਮੰਤਰ ਦੇ ਸ਼ਬਦ ਦੇ ਵਿੱਚ ਜੇ ਰਤਨ ਦੇ ਵਿੱਚ ਹੀਰੇ ਜਾਂਦੇ ਹੁੰਦੇ ਨੇ ਅਤੇ ਜੇ ਜਾਣਦਾ ਤਾਂ ਸਿਰ ਤੇ ਲੇਖਾ ਸਾਡਾ ਨਿਕਲ ਜਾਏਗਾ, ਨਹੀਂ ਤਾਂ ਲੇਖਾ ਹੋਣਾ। ਤਾਂ ਗੁਰਬਾਣੀ ਦੱਸਦੇ ਨੇ ਸਾਰੇ ਜੀਆਂ ਨੂੰ ਪੈਦਾ ਕਰਕੇ ਉਹ ਲੇਖਾ ਦਿੰਦਾ ਹੈ, ਨਾਨਕ ਜੀ ਉਪਾਏ ਕੇ ਲਿਖ ਨਾਮੇ ਧਰਮ ਭਾਲਿਆ, ਉੱਥੇ ਸੱਚੇ ਹੀ ਸੱਚ ਨਿਕਲੇ, ਧੋਣ ਵੱਖ ਕੱਢੇ ਦੇ ਜਮਾਲਿਆ, ਹਾਂ ਪਾਇਆ ਪੂਰਿਆ, ਮੂੰਹ ਕਾਲੇ ਬੋਲ ਚਾਲਿਆ, ਤੇਰੇ ਨਾਏ ਵਰਤੇ ਸੇ ਜਣ ਗਏ, ਘਰ ਗਏ ਸੇ ਕੱਟਣ ਵਾਲਿਆ, ਲਿਖ ਨਾਮੇ ਧਰਮ ਭਾਲਿਆ। ਉਹ ਕਹਿੰਦੇ ਤੁਹਾਨੂੰ ਇਹ ਲੇਖੇ ਸਵਾਸ ਦੇ ਕੇ ਉਹਨਾਂ ਨੇ ਲੇਖੇ ਦੇ ਵਿੱਚ ਲੈ ਲੈਣੇ ਨੇ, ਇੱਕ ਦਿਨ ਤੁਹਾਨੂੰ ਸਵਾਸ ਦਾ ਲੇਖਾ ਦੇਣਾ ਪੈਣਾ। ਇਸ ਕਰਕੇ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਉਦੋਂ ਤੁਸੀਂ ਬੋਲਿਆ ਕੀ ਹੈ, ਜੋ ਵੀ ਬੋਲਿਆ ਉਹਦਾ ਲੇਖਾ ਲਿਖਿਆ ਜਾਣਾ। ਇਹਦੇ ਲੇਖੇ ਲੇਖਣ, ਲੇਖੇ ਬੋਲਣ ਬੋਲਣ, ਲੇਖੇ ਖਾਣਾ ਖਾਓ, ਵੇਖੋ ਕਿੰਨੀ ਬਰੀਕੀ ਸਮਝਾਈ ਹੈ ਸਾਨੂੰ। ਇਹ ਹੈ ਗੁਰਮੁਖ ਜੀਵਨ ਜਾਂ ਜਿਹੜੀ ਬਾਬਾ ਬੁੱਢਾ ਜੀ 12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਤੋਂ ਸਿੱਖ ਲਈ ਸੀ ਅਤੇ ਸਾਡੀ ਅੱਜ ਕਿੰਨੀ ਉਮਰ ਹੋ ਗਈ ਹੈ। ਸਾਨੂੰ ਵੀ ਅੱਜ ਲੋੜ ਹੈ ਉਹਨਾਂ ਮਹਾਂਪੁਰਸ਼ਾਂ ਦਾ ਜਿਹਨਾਂ ਦਾ ਦਿਹਾੜਾ ਮਨਾ ਰਹੇ ਹਾਂ,
ਉਸੇ ਅਸੀਂ ਜਾਂਦੇ ਹੋਏ ਆਪਾਂ ਦੇਖੀਏ ਕਿ ਅਸੀਂ ਸਵੇਰੇ ਉੱਠ ਕੇ ਕੀ ਬੋਲਦੇ ਹਾਂ। ਜਿੱਤ ਬੋਲਿਆ ਮਤ ਪਾਈਏ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਗੁੱਜਣਾ ਸੁਣ ਗੁਰੂ ਮਨ ਅਜਾਨ। ਇਹਦੇ ਵਿੱਚ ਅਸੀਂ ਇਸ ਸਵਾਸਾਂ ਦੇ ਰਹਿੰਦੇ ਹਾਂ, ਫਿੱਕਾ ਤਾਂ ਨਹੀਂ ਬੋਲਦੇ, ਇਸ ਕਰਕੇ ਸਾਨੂੰ ਸਿਰਫ ਸਜ਼ਾ ਮਿਲਦੀ ਹੈ। ਇਹਦੇ ਨਾਲ ਫਿੱਕੇ ਬੋਲਿਆ ਕੰਮ ਮਨ ਫਿੱਕਾ ਹੋਇਆ, ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਏ, ਫਿੱਕਾ ਕਰਕੇ ਸੁੱਕੀਏ, ਮੂੰਹ ਫੁੱਟਾ ਫਿੱਕੇ ਪਾਏ, ਫਿੱਕਾ ਮੂਲ ਠਾਕੀਏ, ਪਾਣਾ ਲੈ ਸਜਾਏ। ਵੇਖੋ ਇਹ ਬੋਲਿਆ ਜੋ ਹੈ ਉਹਦਾ ਲੇਖਾ ਹੋਣਾ ਹੈ। ਫਿਰ ਉਹਨਾਂ ਦੱਸਿਆ ਸੀ ਲੇਖੇ ਬੋਲਣਾ ਬੋਲਣਾ ਲੇਖੇ ਖਾਣਾ ਖਾਣਾ, ਅਸੀਂ ਖਾਧੇ ਕੀ ਹੈ ਇਹ ਸਾਨੂੰ ਖੁਰਾਕ ਸਤਿਗੁਰਾਂ ਗੁਰਨਾਮ ਸਾਹਿਬ ਦੱਸਦੇ ਨੇ। 83 ਲੱਖ ਜੀਵਾਂ ਦੀ ਕੀ ਖੁਰਾਕ ਹੈ, ਇਹਦੇ ਇੱਕ ਮਾਸਾ ਮਾਰੀ, ਇੱਕ ਤਿਰਣ ਖਾਏ, ਇੱਕ ਨਾ ਛੱਤੀ ਅਮਰਤ ਪਾਏ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਪੌਂਸ ਮਾਰੀ ਪੌਂਸ ਮਾਰ, ਇੱਕ ਤਰਨਕਾਰੀ ਨਾਮ ਦਾ। ਇਸ ਕਰਕੇ ਸਾਨੂੰ ਦੱਸ ਦਿੱਤਾ ਤੁਹਾਡਾ ਇਹ ਮਾਸ ਜਾਂ ਹੋਰ ਜਿਹੜੀਆਂ ਚੀਜ਼ਾਂ ਵਰਤੀ ਉਹ ਤੁਹਾਡੇ ਖਾਣੇ ਦੇ ਵਿੱਚ ਨਹੀਂ ਗੁਰਬਾਣੀ 'ਚ ਦੱਸਿਆ, ਉਹਦਾ ਵੀ ਲੇਖਾ ਹੋਣਾ ਹੈ। ਖਾਣਾ ਕੀ ਹਰ ਨਾਮ ਹਮਾਰਾ ਭੋਜਨ, ਜਿੱਤ ਖਾਇਆ ਹਮ ਕੁਦਰਤ ਪਏ, ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨਗੇ ਨਾ ਹੋ ਗਏ ਹੋਰ ਪਹਿਨਣ ਕੀ ਹਮਰੀ ਛੱਤ ਗਈ, ਹਰ ਨਾਮ ਹਮਾਰਾ ਬਣ ਜਾ ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਾਧੁਰ ਕਾਰ ਗੁਰੀ ਦੀ, ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਦੀ ਅਗਲੀ ਕਾਂਡ ਗਈ। ਜਦੋਂ ਕਹਿ ਰਹੇ ਫਿਰ ਜਮ ਲੇਖਾ ਨਹੀਂ ਮੰਗ ਗਏ, ਜਦੋਂ ਅਸੀਂ ਆਪ ਲੇਖਾ ਲਿਖੋਗੇ ਖਰੀਦਾ ਦੇ ਕੋ ਅਕਲ ਦੀਪ ਤਾਲੇ ਇਹਨਾਂ ਦੇ, ਜਦੋਂ ਅਸੀਂ ਰੋਜ਼ ਦਾ ਰੋਜ਼ ਚੈੱਕ ਕਰਾਂਗੇ ਆਪਣੇ ਮਨ ਨੂੰ, ਮਨ ਦੀ ਪੱਟੀ ਕਿ ਕੀ ਲਿਖਿਆ ਸਾਰਾ ਦਿਨ, ਆਪੇ ਪੱਟੀ ਕਰ ਆਪ ਉੱਪਰ ਲੇਖ ਕੇ ਗੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਗੁਰੂ, ਇੱਕੋ ਸਿਮਰ ਨਾਨਕਾ ਦੂਜਾ ਕਾਹੇ, ਕਦੇ ਉਹਨੂੰ ਜਪੋ। ਇਸ ਕਰਕੇ ਸਾਨੂੰ ਦੱਸਦਾ ਵੀ ਹਰ ਇੱਕ ਚੀਜ਼ ਤੁਹਾਡੀ ਬੋਲਣਾ ਲੇਖੇ ਦੇ ਵਿੱਚ ਹੈ, ਤੁਹਾਡਾ ਖਾਣਾ ਲੇਖੇ ਵਿੱਚ ਹੈ, ਲੇਖੇ ਵਾਟ ਚਲਾਈਏ, ਇਹਦੇ ਜੋ ਤੁਸੀਂ ਚੱਲਦੇ ਹੋ ਸਾਰਾ ਦਿਨ ਉਹਦੇ ਵਿੱਚ ਹੋਮੇ ਨੇ ਤੇ ਸਾਧਨਾਂ ਨੇ ਵਧੀਆ ਕਾਰਾਂ ਦੇ ਦਿੱਤੀਆਂ ਨੇ। ਜੇ ਪ੍ਰਸਾਦ ਅਸਤ ਹਸਤ ਅਸਵਾਰੀ ਮਨ ਦਿਸ ਪ੍ਰਭ ਕੋ ਮੋਲਾ ਮਨ ਵਸਾਰੀ, ਕਹਿੰਦੇ ਉਹਨੂੰ ਯਾਦ ਰੱਖੋ ਇਹ ਹੈ ਵਾਟ ਦੇ ਦਰਾਂ। ਅਤੇ ਕਹਿੰਦੇ ਅਸੀਂ ਵਧੀਆ ਗੱਡੀਆਂ 'ਚ ਬੈਠ ਕੇ ਹੋਮੇ ਨੇ ਆ ਗਏ ਸਾਡੇ 'ਚ, ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਬਾਬਾ ਬੁੱਢਾ ਜੀ ਨੂੰ, ਲੇਖੇ ਵਾਟ ਚਲਾਈਏ ਲੇਖੇ ਸੁਣ ਵੇ ਖਾਓ। ਸੋਨਾ ਕੀ ਅਸੀਂ ਸਾਰਾ ਦਿਨ ਇਹ ਸਾਨੂੰ ਮੇਰਿਓ ਸਾਚੇ ਸੋਨੇ ਨੂੰ ਪਠਾਏ, ਸਾਚੇ ਸੋਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿੱਤ ਸੋਈ ਮੰਤਰ ਹਰਿਆ ਹੋਆ ਰਸਨਾ ਰਸਮਾਣੀ, ਸੱਜ ਲੱਖ ਉਡਾਣੀ ਨਾਤੀ ਗੱਲ ਕਹੀ ਨਾ ਜਾਵੇ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਸਾਚੇ ਸੋਨੇ ਨੂੰ ਪਠਾਏ। ਇਸ ਕਰਕੇ ਸਾਨੂੰ ਸਾਨੂੰ ਦੱਸਦਾ ਹੈ ਕਿਤੇ ਤੁਸੀਂ ਵਾਹਿਗੁਰੂ ਬੋਲ ਕੇ ਸੁਣੀ ਜਾਓ ਸਾਰਾ ਦਿਨ ਅਤੇ ਜਾ ਬਾਣੀ ਸੁਣੋ, ਕਿਉਂਕਿ ਇਹ ਸੋਨਾ ਵੀ ਵੇਖਿਆ ਜਾਂ ਵੇਖਿਆ ਕੀ ਹੈ ਇਹ ਸਾਨੂੰ ਸਾਨੂੰ ਦੱਸ ਰਹੇ ਨੇ। ਬਾਬਾ ਬੁੱਢਾ ਜੀ ਨੇ ਪੁੱਛਿਆ ਸੀ ਕਿ ਬਾਬਾ ਇਹ ਲੇਖੇ ਦੇ ਵਿੱਚ ਆਉਣਾ ਵਾ, ਸਾਨੂੰ ਦੱਸੋ ਇਹ ਸਾਡਾ ਲੇਖਾ ਕਿਵੇਂ ਨਿਬੜ ਸਕਦਾ ਹੈ। ਉਹ ਕਹਿੰਦੇ ਇਹ ਨੇਤਰੋ ਮੇਰੇ ਉਹ ਹਰ ਤੂੰ ਮੈਂ ਜੋ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ, ਦੇ ਹਰ ਦੇ ਹਾਲਿਆ ਇਹ ਵੀ ਸੰਸਾਰ ਤੂੰ ਦੇਖ ਕੇ ਹਰ ਘਰ ਰੂਪ, ਇਹ ਦੇਖਣਾ ਹੈ ਕਿ ਜੋ ਵੀ ਇਹ ਜੋ ਦਿਸੇ ਸੋ ਤੇਰਾ ਰੂਪ, ਮਾਨਸ ਕੀ ਜਾ ਸਕੇ ਇੱਕ ਪਹਿਚਾਨ ਕੋ ਬਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਲੋੜ ਤੇ ਸਭ ਜਗ ਉੱਠਿਆ ਕੌਣ ਭਲੇ ਤੋਂ ਮੰਦੇ। ਇਸ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜੋ ਉਪਦੇਸ਼ ਕੀਤਾ ਸੀ, ਲਿਖੇ ਵਾਰ ਚਲਾਈਏ ਪੜ੍ਹੇ ਕੇ ਪੁੱਛਣ ਜਾਓ, ਇੱਕ ਉਹਨਾਂ ਦੱਸ ਦਿੱਤਾ ਕਿ ਹੁਣ ਲੋੜ ਨਹੀਂ ਹੈ, ਜੇ ਤੁਸੀਂ ਇਸ ਤਰ੍ਹਾਂ ਲੇਖਾ ਲਿਖੀ ਜਾਂਦੇ ਹੋ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਹਾਡਾ ਲੇਖਾ ਤੇ ਨਾਲ ਦੇ ਨਾਲ ਨਿਬੜੀ ਜਾ ਰਿਹਾ, ਤੁਸੀਂ ਆਪ ਲਿਖ ਰਹੇ ਹੋ। ਇਹੋ ਹੀ ਪਤਾ ਨੇ ਜੀਵ ਦੇ ਸਾਡੇ ਮਨ ਦੀ ਪੱਟੀ 'ਤੇ ਵੇਖਣਾ ਕਿ ਕੀ ਲਿਖ ਕੇ ਲੈ ਰਿਹਾ, ਇਹ ਸਾਨੂੰ ਸਮਝਾਇਆ ਸੀ ਉਹਨਾਂ ਨੇ। ਫਿਰ ਉਹਨਾਂ ਦੱਸਿਆ ਬਾਬਾ ਮਾਇਆ ਰਚਨਾ ਤੋਰ ਅੰਧੇ ਨਾਮ ਸਾਰਿਆਂ ਨਾਮ ਦਿਸਜੇ ਨਾ ਕੋ, ਕਹਿੰਦੇ ਜੇ ਕਿਤੇ ਤੁਸੀਂ ਨਾਮ ਦੇ ਨਾਲ ਲੱਗ ਜਾਓ ਨਾ ਤੁਹਾਡਾ ਇਹ ਲੇਖਾ ਉੱਪਰਲਾ ਜਿਹੜਾ ਦੱਸਿਆ ਆਪਣੇ ਆਪ ਸਹੀ ਹੋ ਜਾਏਗਾ। ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਵੇ ਤੇ ਸੁਸਾਗਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਾਂ ਲਾਵੇ ਤਿਸ ਕੋ ਸਿਮਰ ਪੰਨ ਗਤ ਮਾਵੇ, ਜੇ ਪ੍ਰਸਾਦ ਵਸਿਆ ਸੁਖ ਮੰਦਰ ਇਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਸੁਖ ਸੇਜ ਹੋਈ ਜੇ ਮਨ ਆਠ ਪਹਿਲ ਤਾਂ ਦਾ ਦਸ ਗਾਵੇ ਜੀ। ਇਹ ਵੀ ਤੁਸੀਂ ਸਮਰਾਲ ਸਤਿਗੁਰੂ ਬਾਬਾ ਬੁੱਢਾ ਦੇ ਥਰੂ ਕਿਸ ਤਰ੍ਹਾਂ ਇਹ ਗੁਰਮੁਖ ਜੀਵਨ ਜਾ ਸਿਖਾ ਰਹੇ ਨੇ ਜਿਹੜੀ ਅਸੀਂ ਅੱਜ ਲੈ ਕੇ ਜਾਣੀ। ਉੱਥੇ ਮੈਂ ਦੱਸਿਆ ਸੀ ਉਹਨਾਂ ਨੇ ਕਿ ਮਾਇਆ ਦੋ ਕਿਸਮ ਦੀ, ਇੱਕ ਤਾਂ ਹੈ ਜੋ ਦਰਸ਼ਨਮਾਨ ਤੁਸੀਂ ਦੇਖ ਰਹੇ ਹੋ ਜਿਹਦੇ ਸਾਰਾ ਬਿੰਸ ਜਾਣਾ, ਜਿਹੜਾ ਬਿੰਸ ਜਾਂਦਾ ਹੈ ਉਸਨੂੰ ਮਾਇਆ ਕਹਿੰਦੇ ਨੇ, ਅਤੇ ਜੋ ਸੱਚ ਹੈ ਜੋ ਨਾਮ ਹੈ ਇਹ ਕਦੀ ਜਾਂਦਾ ਨਹੀਂ।
नाम रहो साधु रहो गुरु गोबिंद कहो नानक के जगत में किन जपियो गुरमन साधु देते ने बाबा बुढ़ा जी देखो आज भी है जे अस समझ नहीं उन्हों दात पा रहे थे ब्रह्म ज्ञानी सद जीवे नहीं माता यह है उपदेश जो उन्होंने फिर कमाया से गुरु प्यारे ये सानू नाम फिर दसे उन्होंने दूसरी माया दसी सी यार जो थोड़े थाउस ने यह सूखम माया है एक दृष्टिमान माया जो दिस रही है जी फिर अखा माता जो घर के अंदर थाउस वाले फुरने चलते ने वो माया है जिसके नी जे खेड़ा छा लिया गुरमंत्र के राही जिन्होंने होमे भी कह भाई गुरदास जी फिर दसते ने होमे किस तरह निकले कि वाहेगुरु गुरमंत्र है जब होमे कोई माया का मालूम जो शब्द है ये वाहेगुरु शब्द है जो तुम बोल के बार बार सुनी जाते हो फिर ये मन चो सब कुछ निकल जाता है थॉट्स वाले खत्म हो जाते हैं वो दसिया जी उन्होंने कि यह तुम इस तरह गुरमुख जीवन जाच बाबा बुढ़ा जी सिख रहे हैं गुरु नानक साहब जी तो फिर उन्होंने अगे दसिया जो पिता है ना इधर कोई कह नहीं सकता भी किड्डा वड्डा जे हों जाना आखा नानी कहना कथ ना जाए गुरा एक दे बजाए सबना दिया जा एक दाता सो मैं विसर ना जाए उन्हें कहा सिर्फ तुम इस भुलना नहीं कर सुन के सारे कह रहे हैं सुन वड्डा आखे सब होए केवल वड्डा मीठा होए कीमत पाए ना कहया जाए कहने वाले तेरे रहे समाए उसे फिर उन्होंने ये दसता कि पिता जरा सा बेअंत है वह अंत नहीं पा सकते सिर्फ तुम ढेद लै सकते हो गुरबाणी को ढेद लैने सू भेजा कहते कोई बोले राम राम ढेद लैने से सब गुरमंत्र कमा पैदा है कोई खुदाए कोई सेवे गुसाइया कोई अलाए तो कहे वास्ते कि कारण कारण करी उस पिता पाने भेद लैन दे अरदास करनी कृपा तार रही फिर सब उन्होंने सारा दस के फिर फिर फैसला की दे दिता कि कहो नानक तीन मुखों पछाता रब साहिब का तीन भेद जाता कहते जे हुक्म है नाम एको नाम हुक्म है नानक सब लिया बजाए जियो ऐसी बख्शिश की बाबा बुढ़ा जी उन्होंने गुरमंत्र लिया हम कहते जब नाम बाबा बुढ़ा जी उन्होंने गुरमंत्र दिता से उस समय गुरमंत्र देखे फिर ऐसा लगे बाबा बुढ़ा जी हुक्म मनिया हो गुरबान ਤਾਂ ਖਸਮੇ ਨਾ ਰਹਿਤ ਆਇਸੀ ਜਨ ਲਾਕਾ ਹਾਏ ਕੇ ਨਾਏ ਇਸਕੀ ਆਸ ਨਾ ਬਿਠੀ ਜਾਏ ਸੇਵਕ ਕੋ ਸੇਵਾ ਬਣਾਏ ਹੁਕਮ ਬੂਝ ਪਰ ਬਤਾਏ ਇਸ ਦੇ ਉੱਪਰ ਨਹੀਂ ਵਿਚਾਰ ਜਿਹਦੇ ਇਸਕੇ ਮਨ ਉਸਿਆ ਨਰੰਕਾਰ ਬੰਧਨ ਤੋਰ ਭੈ ਨਿਰਵੈ ਆਂਦਨ ਬੂਝੇ ਉਸਕੇ ਪੈਰ ਕੇ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਐਸੀ ਬਖਸ਼ਿਸ਼ ਕੀਤੀ ਫਿਰ ਬਾਬਾ ਬੁੱਢਾ ਜੀ ਨੇ ਨਾ ਹੁਕਮ ਮੰਨਿਆ ਹੋਵੇ ਪ੍ਰਮਾਣ ਉਹਨਾਂ ਨੇ ਗੁਰਦਾਸਾ ਦੇ ਹੁਕਮ ਨੂੰ ਘੁਮਾਇਆ ਉੱਥੇ ਫਿਰ ਲਾਸਟ ਜਿਹੜਾ ਕੁਐਸਚਨ ਸੀ ਉਹਨਾਂ ਨੇ ਕੀਤਾ ਸੀ ਬਾਬਾ ਅਸੀਂ ਤਾਂ ਖੇਤੀ ਕਰਦੇ ਹਾਂ ਸਾਨੂੰ ਇਹ ਦੱਸੋ ਖੇਤੀ ਚੰਗੀ ਹੈ ਕਿ ਖੱਟੀ ਕਰਨੀ ਚੰਗੀ ਹੈ ਦਿਹਾੜੀ ਕਰਨੀ ਚੰਗੀ ਹੈ ਜਾਂ ਵਪਾਰ ਕਰਨਾ ਚੰਗਾ ਉੱਥੇ ਤਾਂ ਸੋਚ ਲਾ ਕੇ ਗੁਰਦਾਸ ਸਾਹਿਬ ਨੇ ਸ਼ਬਦ ਬੋਲਿਆ ਸੀ ਮਨ ਹਾੜੀ ਕਿਸਾਨੀ ਕਰਨੀ ਸਾਰਾ ਪਾਣੀ ਨਾ ਖੇਤ ਨਾ ਬੀਜ ਸੰਤੋਖ ਸੁਹਾਗਾ ਲੱਖ ਤਰੀਕੇ ਦੇਸ ਭਾਏ ਕਰਮ ਤਾਂ ਜਨ ਸੀ ਸੇ ਧਰ ਭਾਸ਼ ਦੇ ਕਹਿੰਦੇ ਜਿੱਥੇ ਤੁਸੀਂ ਖੇਤੀ ਕਰਦੇ ਹੋ ਨਾ ਮਤਲਬ ਖੇਤੀ ਬੀਜੋ ਆਪਣੇ ਨਾਮ ਦੀ ਜਿੱਥੇ ਤੁਸੀਂ ਜੇ ਖੇਤੀ ਕਰਦੇ ਹੋ ਅੰਦਰ ਵੀ ਖੇਤੀ ਬੀਜੋ ਅੰਦਰ ਜਿਹੜੀ ਖੇਤੀ ਬੀਜੋ ਨਾਮ ਖੇਤੀ ਬੀਜੋ ਭਾਈ ਜੀ ਸੌਦਾ ਕਰੋ ਉਹ ਸੇਵੋ ਨੀ ਸ਼ਾਂਤ ਸਹਿ ਸੋਕੇ ਸਭਕਾ ਸ਼ਾਹ ਬਾਰੀ ਕੇ ਥਾਂ ਜੇ ਜੀ ਡੰਨ ਕੋ ਲੈ ਨਾ ਜਗਾ ਇਹਦੇ ਨਾਲ ਤੁਹਾਨੂੰ ਜਮ ਜਮਰਾਜ ਡੰਨ ਮਿਲਾਏਗਾ ਕੋਈ ਵੀ ਸਭ ਤੋਂ ਕਰਦੇ ਨਹੀਂ ਕੋ ਤੁਰਜੀ ਛਾਪ ਇਹਦੇ ਵੱਖਰ ਨਾਲ ਲਾਦੇ ਦੇਖ ਚਲਾਓ ਲੈ ਲਾਹ ਗੁਰੂ ਕਾ ਨਾਮ ਇਹ ਸੀ ਖੇਤੀ ਉਹਨਾਂ ਦੱਸੀ ਕਿ ਜੇ ਤੁਸੀਂ ਖੇਤੀ ਕਰਦੇ ਹੋ ਤੇ ਕਿੰਤ ਕਿਵੇਂ ਕਰਨੀ ਆ ਕੇਵਲ ਕੰਮ ਦੇ ਨਾਲ ਨਹੀਂ ਜੁੜ ਜਾਣਾ ਕੇਵਲ ਕਿੰਤ ਨਾਲ ਨਹੀਂ ਜੁੜ ਜਾਣਾ ਨਾਲ ਤੁਸੀਂ ਧਰਮ ਨੂੰ ਬਰਾਬਰ ਰੱਖਿਓ ਕਿਰਤ ਦੇ ਕਰਮ ਨਾਲ ਜੁੜ ਜਾ ਕੇ ਨਾ ਜਦੋਂ ਗੁਰ ਪਿਆਰੇ ਹੋ ਵਿਛੜ ਜਾਵਾਂਗੇ ਸਭ ਦੇ ਕਿਰਤ ਕਰਮ ਕੀ ਵਿਛੜੇ ਹੁਣ ਅਰਦਾਸ ਕਰਨੀਆਂ ਦੱਸੀ ਕਰ ਕਿਰਪਾ ਮੈਨੂੰ ਰਾਮ ਤੇ ਫਿਰ ਉੱਥੇ ਤੁਹਾਨੂੰ ਦੱਸਿਆ ਕਰਮ ਧਰਮ ਤੋਂ ਚੌਪੜ ਸਾਜੋ ਕਰਮ ਧਰਮ ਤੋਂ ਚੌਪੜ ਸਾਜੋ ਜੇ ਲੈ ਕੇ ਆਉਣ ਤੇ ਜਾਣ ਲੱਗਿਆ ਉਹਨਾਂ ਨੇ ਪੁੱਛਿਆ ਸੀ
ये मर जन्म की है जीवन वरना जाएगी अपने खाने का जिथे रस जाए जिथे कोई ना जाए लाल रोण वाले जितने सब बने पिंड भरा ਉਹਨਾਂ ਪੁੱਛਿਆ ਕਿ ਜੰਮਣ ਬੰਦ ਕੀ ਆ ਉਹ ਕਹਿੰਦੇ ਇੱਥੇ ਖੇਡ ਹੈ ਆਵਣ ਜਾਣ ਖੇਡ ਬਣਾਇਆ ਆਵਣ ਜਾਣ ਖੇਡ ਆਗਿਆਕਾਰੀ ਕਿੰਨੀ ਮਾਇਆ ਤੇ ਤੁਸੀਂ ਖੇਡ ਨੂੰ ਸਮਝੋ ਤੇ ਖੇਡ ਜੇ ਇਸ ਤਰ੍ਹਾਂ ਖੇਡੋਗੇ ਤੇ ਕਿਤੇ ਤੁਸੀਂ ਜਿੱਤ ਕੇ ਜਾਓਗੇ ਉਹ ਖੇਡ ਕਿਵੇਂ ਕਰਮ ਨੂੰ ਤੇ ਨਾਲ ਧਰਮ ਧਰਮ ਕੀ ਕਹਿੰਦੇ ਨੇ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਉਹ ਕੀ ਕਰਨਾ ਹੁੰਦਾ ਹਰ ਕੋ ਨਾਮ ਜਪ ਨਿਰਮਲ ਕਿਤੇ ਤੁਸੀਂ ਕਿਰਤ ਕਰਨੀ ਹੈ ਖੇਤੀ ਕਰਨੀ ਹੈ ਨਾਲ ਇਹ ਨਰਮਾ ਕਰਮ ਕਰਨਾ ਫਿਰ ਕਹਿੰਦੇ ਤੁਸੀਂ ਇਹ ਖੇਡ ਨੂੰ ਸਹਿਜ ਸਫਾਈ ਦੇ ਤਰੀਕੇ ਘਰ ਜਾਓਗੇ ਉੱਥੇ ਫਿਰ ਸਭ ਨੂੰ ਸਾਨੂੰ ਇਹ ਸਮਝਾ ਰਹੇ ਨੇ ਕਿ ਕਰਮ ਅਤੇ ਧਰਮ ਬਰਾਬਰ ਰੱਖੋਗੇ ਖੇਡ ਜਿੱਤ ਜਾਓਗੇ ਫਿਰ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਦੱਸੋ ਹਕੀਕਤ ਵੀ ਚੰਗੀ ਹੈ ਕਿ ਵਪਾਰ ਕਰਨ ਕਹਿੰਦੇ ਹਾਨ ਹੱਟ ਕਰ ਆਲਸਾ ਮਨ ਨਾਮ ਕਰ ਕੰਮ ਕਹਿੰਦੇ ਇਸ ਤਰ੍ਹਾਂ ਕਰਨਾ ਹਾਨ ਹੱਟ ਕਰ ਆਲਸਾ ਸਤ ਨਾਮ ਕਰ ਵਕਤ ਸੋਚ ਸੋਚ ਕਰ ਭਾਨ ਸਾਹਿਬ ਦੇ ਸਿਰ ਜਿਸਨੂੰ ਰੱਖ ਹੁਣ ਜਾ ਰਿਹਾ ਸਮਝ ਕਰ ਲੈ ਲਾਹਾ ਮਨ ਹੱਸ ਤੇ ਤੂੰ ਹੱਡੀ ਵੀ ਕਰਨਾ ਨਾ ਤੇ ਤੂੰ ਆਪਣੀ ਗਰੋਸਰੀ ਨੂੰ ਸਜਾਉਣਾ ਤੇ ਤੂੰ ਇਹਦੇ ਵਿੱਚ ਵੀ ਉਹ ਨਾਮ ਜਿਸਦੇ ਵਿੱਚ ਰੱਖਣਾ ਉਸ ਭਾਂਡੇ ਨੂੰ ਸਾਫ਼ ਸੁਥਰਾ ਕਰ ਲੈ ਉੱਥੇ ਨਾਮ ਦੀ ਵਸਤੂ ਰੱਖ ਲੈ ਇਸ ਕਰਕੇ ਸਾਨੂੰ ਸਮਝਾਇਆ ਸੀ ਹਾਨ ਹੱਟ ਕਰ ਆਲਜਾ ਸੱਚ ਨਾਮ ਕਰ ਵੱਖ ਸੋਚ ਸੁਰਤ ਸਾਹਿਬ ਭਾਨ ਸਾਹਿਬ ਕਿਸੇ ਕਿਸਮ ਰੱਖ ਬਣ ਜਾ ਰਿਹਾ ਸੋਮਣ ਕਰ ਲੈ ਲਾਹਾ ਮਨ ਹੱਸ ਇਹ ਸੀ ਜਿਸ ਵੱਖਰ ਤੋਂ ਲੈਣ ਤੋਂ ਆਇਆ ਰਾਮ ਨਾਮ ਸੰਦਰ ਕਰ ਪਾਇਆ ਤਦ ਅਮਾਨ ਦੇ ਉਹ ਮਨ ਬੋਲ ਰਾਮ ਨਾਮ ਫਿਰਦੇ ਮੈਂ ਜੋ ਲਾਲ ਜੇ ਪਸੰਦ ਦੇ ਸਮਝਾ ਇਹ ਦੱਸਿਆ ਸੀ ਤੇ ਜੇ ਕਿਤੇ ਸੀ ਅਸੀਂ ਵਪਾਰ ਕਰਨਾ ਹੋਵੇ ਕਿਤੇ ਸੌ ਸਾਸਤਰ ਸੌਦਾਗਰੀ ਸੱਤ ਘੋੜੇ ਲੈ ਜਾ ਕਿਤੇ ਸੱਚ ਦਾ ਵਪਾਰ ਕਰੋ ਖਰਚ ਬੰਨ ਚਰਿਆਈਆਂ ਮਤ ਬੰਨ ਜਾਣੇ ਗੱਲ ਪਤਾ ਨਹੀਂ ਕਦੋਂ ਸਮਾਂ ਆ ਜਾਣਾ ਜਾਣ ਦਾ ਕਿਤੇ ਰੰਗ ਕਾਰ ਕੇ ਵੇਚਣਾ ਹੈ ਤਾਂ ਸੁੱਖ ਲੈਣੇ ਮਹਾਰ ਬਾਬਾ ਬੁੱਢਾ ਜੀ ਨੇ ਕਮਾਇਆ ਤਾਂ ਉਹ ਸੁੱਖ ਲੈ ਰਹੇ ਨੇ ਤੇ ਜੇ ਆਪਾਂ ਉਹਨੂੰ ਯਾਦ ਕਰ ਰਹੇ ਹਾਂ ਇਸ ਤਰ੍ਹਾਂ ਦਾ ਉਹਨੂੰ ਵੰਡ ਵੀ ਗਿਆ ਸੀ ਕਿ ਤੁਸੀਂ ਸੱਚ ਦਾ ਵਪਾਰ ਕਰਨਾ ਇਹ ਵਪਾਰ ਵਿਹਲਾ ਵਪਾਰੇ ਨਾਨਕ ਨਾ ਕੇ ਸਭ ਵਿਹਾਰ ਐਸੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਨੇ ਇਹ ਸਾਨੂੰ ਅੱਜ ਉਪਦੇਸ਼ ਜਿਹੜਾ ਆਪਾਂ ਤਾਂ ਹੀ ਸਾਂਝਾ ਕਰ ਰਹੇ ਹਾਂ ਕਿ ਅਸੀਂ ਵੀ ਇਸ ਮਾਰਗ ਦੇ ਜ਼ਰੀਏ ਫਿਰ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਇਹ ਦੱਸੋ ਕਿ ਦਿਹਾੜੀ ਕਰਨੀ ਕਿਤੇ ਲਾਏ ਚਿੱਤ ਕਰ ਚੱਕਰੀ ਜੇ ਦਿਹਾੜੀ ਕਰਨੀ ਹੋ ਤੇ ਮਨ ਨਾਮ ਕਰ ਕੰਮ ਬਨ ਵਧੀਆ ਕਰ ਧਾਮਣੀ ਸਭ ਤਾਂ ਤੂੰ ਆਖੇ ਧੰਨ ਨਾਨਕ ਦੇਖੇ ਨਦਰ ਕਰ ਕਹਿੰਦੇ ਜਵਗਨ ਮਨ ਕਹਿੰਦੇ ਜੇ ਤੂੰ ਹੱਡੀ ਕਰਨੀ ਹੈ ਨਾ ਫਿਰ ਜੇ ਦਿਹਾੜੀ ਕਰਨੀ ਹੈ ਤੇ ਦਿਹਾੜੀ ਵੀ ਤੂੰ ਕੀ ਕਰਨੀ ਹੈ ਕਹਿੰਦੇ ਹਰ ਹਰ ਦੇ ਤੇ ਜੱਬੇ ਜੀਓ ਲਾਹਾ ਕੱਢਿਓ ਦਿਹਾੜੀ ਕਹਿੰਦੇ ਆਹ ਆ ਦਿਹਾੜੀ ਕਰਨਾ ਆਪਾਂ ਤੁਹਾਨੂੰ ਤੇ ਆਇਆ ਸਾਰਾ ਕੁਛ ਹੈ ਜੋ ਵੀ ਤੁਸੀਂ ਕਰ ਰਹੇ ਤੁਹਾਨੂੰ ਮੁਬਾਰਕ ਹੈ ਪਰ ਬਾਬਾ ਬੁੱਢਾ ਜੀ ਨੇ ਜੋ ਸਾਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਦਿੱਤਾ ਨਾ ਤੇ ਲਾਸਟ ਕੁਐਸਚਨ ਸੀਗਾ ਕਿਉਂਕਿ ਸਮਾਂ ਹੋ ਗਿਆ ਇੱਕ ਸੌ ਤੇ ਪੱਚੀ ਸਾਲ ਦੀ ਉਮਰ ਤੰਗ ਕਰਕੇ ਵਿਜਰੇ ਨੇ ਬਾਬਾ ਬੁੱਢਾ ਜੀ 125 ਸਾਲ ਔਰ 113 ਸਾਲ ਉਹਨਾਂ ਗੁਰੂ ਨਾਨਕ ਦੇ ਘਰ ਦੇ ਲੈ ਕੇ ਵਿਚਲਾ ਦੇ ਸਿੱਖੀ ਕਮਾਉਂਦੇ ਗੁਰੂ ਪਿਆਰਿਓ ਅੱਧੇ ਘੰਟੇ ਦੇ ਵਿੱਚ ਆਪਾਂ ਕੀ ਉਹਨਾਂ ਨੂੰ ਵਿਚਾਰ ਸਕਦੇ ਹਾਂ ਉਹਨਾਂ ਦੇ ਜੀਵਨ ਬਾਰੇ ਇਸ ਕਰਕੇ ਸਾਨੂੰ ਜੋ ਉਪਦੇਸ਼ ਦੇ ਗਏ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਉਹ ਜਿਹੜਾ ਉਹਨਾਂ ਲਾਸਟ ਕੁਐਸਚਨ ਕੀਤਾ ਸੀ ਕਿ ਸਾਡੇ ਪਿੰਡ ਦੇ ਵਿੱਚ ਨੀਵੀਆਂ ਜਾਤਾਂ ਵਾਲੇ ਰਹਿੰਦੇ ਨੇ ਉਹਨਾਂ ਦੇ ਲੋਕ ਬੜਾ ਮਾੜਾ ਬੋਲਦੇ ਨੇ ਬਾਬਾ ਇਹ ਤਾਂ ਤੇਰੇ ਦੋਸਤ ਨੇ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਇਹ ਕਹਿੰਦੇ ਆ ਨਾ ਮਤਲਬ ਕੰਮ ਕਰਾਉਂਦੇ ਨੇ ਤੇ ਉਹਨਾਂ ਨੂੰ ਨੀਵਾਂ ਕਹਿੰਦੇ ਨੇ ਨੀਚ ਕਹਿੰਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨੀਚਾਂ ਅੰਦਰ ਨੀਚ ਦਾ ਨੀਚੀ ਹੂੰ ਅਦਮੇਜ ਨਾਨਕ ਦਿਨ ਕੇ ਸੰਗ ਸਾਥ ਵੱਡੇ ਹੱਸੋਂ ਕਿਹਾ ਰੀਸ ਜਿੱਥੇ ਨੀਚ ਸਮਾਲੀ ਹੋਣ ਤਿੱਥੇ ਨਦਰ ਤੇਰੀ ਬਖਸ਼ੀਸ਼ ਉੱਥੇ ਬਾਬਾ ਨਾਨਕ ਜੀ ਨੇ ਇਹ ਵਚਨ ਉਹਨਾਂ ਨੂੰ ਸਮਝਾਇਆ ਸੀ ਕਿ ਤੁਸੀਂ ਇਹਨਾਂ ਨੂੰ ਵੀ ਉਪਦੇਸ਼ ਕਰਕੇ ਨਾਲ ਲੈ ਕੇ ਚੱਲਣਾ ਹੈ ਇਸ ਕਰਕੇ ਸਾਨੂੰ ਉਪਦੇਸ਼ ਹੈ ਮਾਨਸ ਕੀ ਜਾਤ ਸਭੇ ਇਹ ਪਹਿਚਾਣ ਲਓ ਇਹ ਜੋ ਸਭ ਤੋਂ ਵੱਡਾ ਪਿਆਰ ਦਾ ਮਾਰਗ ਹੈ ਗੁਰੂ ਕਹਿ ਰਹੇ ਗੁਰਬਾਣੀ ਜਿਸ ਮਾਰਗ ਨੂੰ ਭੁੱਲ ਕੇ ਅਸੀਂ ਇਹ ਜਾਤਾਂ ਪਾਪਾਂ ਦੇ ਵਿੱਚ ਵੜ ਗਏ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਵਾਰ ਨਾਨਕ ਹਰ ਸਾਏ ਕੇ ਆਉਂਦੇ ਲੱਖਾਂ ਦੇ ਆਹੋਂ ਸਾਡਾ ਕੀ ਹਾਲ ਹੋ ਗਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸੱਚੇ ਸੁੱਚੇ ਉਪਦੇਸ਼ ਨੂੰ
ਉਹਨਾਂ ਦੀ ਅਸੀਂ ਕਿਹੜੇ ਪਾਸੇ ਚੱਲ ਰਹੇ ਹਾਂ। ਅਤੇ ਉਦੋਂ ਫਿਰ ਉਹਨਾਂ ਨੇ ਆਗਿਆ ਲਈ ਸੀ ਕਿ ਉਪਦੇਸ਼ ਨੂੰ ਕਮਾਉਣ ਲਈ ਆਪਣੇ ਮਾਤਾ ਪਿਤਾ ਕੋਲੋਂ ਕਿ ਮੈਂ ਹੁਣ ਸੰਗਤ ਦੇ ਵਿੱਚ ਰਹਿਣਾ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਕਰਤਾਰਪੁਰ ਚਲੇ ਗਏ ਸੀ ਗੁਰੂ ਕਹਿ ਰਹੇ ਵੀ ਉਹ ਬਾਬਾ ਬੁੱਢਾ ਜੀ ਨੇ ਮਹਾਨ ਘਾਲਣਾ ਘਾਲੀ ਹੈ ਨਾ, ਜੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੇ ਮਹਿਲ ਨੂੰ ਪਹਿਲੀ ਏਟ ਲਾਈ ਹੈ ਅਤੇ ਦੂਜੀ ਬਾਬੇ ਬੁੱਢਾ ਜੀ ਨੇ ਲਾਈ ਹੈ ਨਾਲ, ਐਸੀ ਬਖਸ਼ਿਸ਼ ਉੱਤੇ ਕਰਤਾਰਪੁਰ ਵਸਾਇਆ ਬਾਬਾ ਬੁੱਢਾ ਜੀ ਨੇ 21 ਸਾਲ ਉੱਤੇ ਸੇਵਾ ਕੀਤੀ ਔਰ ਐਸੀਆਂ ਵਡਿਆਈਆਂ ਮਿਲੀਆਂ ਨੇ ਬਾਬਾ ਬੁੱਢਾ ਜੀ ਨੂੰ ਕਿ ਗੁਰੂ ਅੰਗਦ ਦੇਵ ਜੀ ਨੂੰ ਜੋ ਗੁਰਤਾ ਗੱਦੀ ਦੀ ਰਸਮ ਸੀ ਉਹ ਬਾਬਾ ਬੁੱਢਾ ਜੀ ਨੇ 1539 ਦੇ ਵਿੱਚ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਦੀ ਸਾਖਰਾਂ ਜਾਣ ਤੋਂ ਪਹਿਲਾਂ ਕਰ ਗਏ ਸੀ ਉਹ ਬਾਬਾ ਬੁੱਢਾ ਜੀ ਨੇ ਨਿਭਾਈ ਦਾ, ਔਰ ਜਦੋਂ ਬਾਬਾ ਜੀ ਸਾਖਰਾਂ ਜਾਣ ਦੀ ਤਿਆਰੀ ਕਰ ਰਹੇ ਸੀ ਤੇ ਰਾਜੀ ਹੋ ਗਏ ਸੀ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ, ਕਹਿਣ ਲੱਗੇ ਕਿ ਮੈਂ ਅਸੀਂ ਰਹਿ ਨਹੀਂ ਸਕਦੇ ਇੰਨਾ ਪਿਆਰ ਪੈ ਗਿਆ, ਕਹਿਣ ਲੱਗੇ ਬੁੱਢਿਆਂ ਦੇ ਇੱਥੋਂ ਕਦੇ ਉਹਦੇ ਨਾਲ ਸਾਹਿਬ ਵਰਦੇ ਗਏ ਸੀ ਔਰ ਫਿਰ ਦੇਖ ਲਓ ਉਹ ਵਰ ਨੂੰ ਉਹਨਾਂ ਨੇ ਨਿਭਾਇਆ ਗੁਰੂ ਨਾਨਕ ਸਾਹਿਬ ਜੀ ਨੇ, ਚਾਹੇ ਉਹ ਗੁਰੂ ਅੰਗਦ ਨਾਨਕ ਦੇ ਰੂਪ ਵਿੱਚ ਆਏ ਨੇ, ਚਾਹੇ ਗੁਰੂ ਅਮਰਦਾਸ ਦੇ ਰੂਪ ਵਿੱਚ ਆਏ ਨੇ, ਚਾਹੇ ਗੁਰੂ ਰਾਮਦਾਸ ਜੀ ਦੇ, ਚਾਹੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਨਾਂ ਨੇ ਆਪਣਾ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਵਚਨ ਪੂਰਾ ਨਿਭਾਇਆ ਜਿਹੜਾ ਬਾਬਾ ਬੁੱਢਾ ਜੀ ਦੇ ਗਏ ਸੀ ਬੁੱਢਿਆਂ ਦੇ ਇੱਥੋਂ ਕਦੇ ਉਹਦੇ ਨਾ ਹੋ ਸਨ, ਇਹ ਉਹਨੂੰ ਵਚਨ ਕੀਤਾ ਸੀ ਜੋ ਸਤਖੰਡ ਜਾਣ ਤੋਂ ਪਹਿਲਾਂ। ਅਤੇ ਫਿਰ ਆਪ ਜੀ ਨੂੰ ਪਤਾ ਹੈ ਜਦੋਂ ਫਿਰ ਵਸਾਇਆ ਫਿਰ ਆਣ ਸਭ ਗੁਰੂ ਖਡੂਰ, ਉੱਥੇ ਬਾਬਾ ਬੁੱਢਾ ਜੀ ਨੇ ਖਡੂਰ ਸਾਹਿਬ ਵਸਾਉਣ ਦੇ ਵਿੱਚ ਪਹਿਲਾ ਸਿੱਖ ਕੇਂਦਰ ਹੈ ਜੋ ਕਰਤਾਰਪੁਰ ਸਾਹਿਬ ਰਾਵੀ ਤੋਂ ਪਾਰ, ਦੂਜਾ ਖਡੂਰ ਸਾਹਿਬ, ਤੀਜਾ ਗੋਇੰਦਵਾਲ ਸਾਹਿਬ, ਉੱਥੇ ਵੀ ਬੜੀ ਮਹਾਨ ਸੇਵਾ ਕੀਤੀ। ਉੱਥੇ ਗੌਰੀ ਦਾ ਤੱਕ ਵੀ ਜੋ ਲਾਇਆ ਸੀ ਉਹ ਬਾਬਾ ਬੁੱਢਾ ਜੀ ਕੋਲ ਲਾਇਆ ਸੀ ਗੁਰੂ ਅਮਰਦਾਸ ਜੀ ਦੇ ਸਮੇਂ। ਇਸ ਕਰਕੇ ਇੰਨੀ ਮਹਾਨ ਇਸ ਗੁਰਸਿੱਖ ਨੂੰ ਮਹਾਨਤਾ ਹੈ ਸਾਡੇ ਸਿੱਖੀ ਦੇ ਵਿੱਚ, ਜੇ ਆਪਾਂ ਉਹਨਾਂ ਦੇ ਬਚਨ ਨੂੰ ਸਾਂਝਾ ਕਰ ਲਈਏ ਤੇ ਸੱਤ ਜਨਮ ਲੱਗ ਜਾਣ ਪੂਰੇ ਨਹੀਂ ਹੋ ਸਕਦੇ। ਇਸ ਕਰਕੇ ਆਪਾਂ ਵਿੱਚੋਂ ਵਿੱਚੋਂ ਥੋੜ੍ਹਾ ਜਿਹਾ ਇਹ ਸ਼ੋਅ ਰਿਹਾ ਕਿਉਂਕਿ ਸਮਾਂ ਥੋੜ੍ਹਾ ਜਿਹਾ ਉੱਪਰ ਹੋ ਗਿਆ, ਆਪਾਂ ਥੋੜ੍ਹੀ ਜਿਹੀ ਮਾਫੀ ਮੰਗਦੇ, 5 ਮਿੰਟ ਹੋਰ ਆਪਾਂ ਬਚਨ ਕਰਾਂਗੇ, ਸਮਾਪਤੀ ਕਰ ਦੇਵਾਂਗੇ। ਇੱਥੋਂ ਫਿਰ ਜਦੋਂ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ ਹੈ 1552 ਦੇ ਵਿੱਚ, ਉਦੋਂ ਫਿਰ ਬਾਬਾ ਬੁੱਢਾ ਜੀ ਨੇ ਗੋਇੰਦਵਾਲ ਸਾਹਿਬ ਕਾਫੀ ਸਮਾਂ ਰਹਿ ਗਿਆ। ਜਦੋਂ ਇਤਿਹਾਸਿਕ ਤੁਸੀਂ ਪੜ੍ਹਦੇ ਹੋ ਲਾਤੂ ਜੀ ਨੇ 3 ਦੀਵਾਨ ਦੇ ਵਿੱਚ ਬੈਠਿਆਂ ਲੱਤ ਮਾਰ ਦਿੱਤੀ ਸੀ ਗੁਰੂ ਅਮਰਦਾਸ ਜੀ ਨੂੰ, ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਲੱਤ ਘੁੱਟ ਦਿੱਤੀ ਸੀ, ਉਹ ਦੇ ਸੀ ਜੀ ਵੀ ਕਿਤੇ ਤੁਹਾਡੇ ਸੱਟ ਤਾਂ ਨਹੀਂ ਲੱਗੀ, ਵੇਖੋ ਕਿੰਨੀ ਨਿਰਮਾਣਤਾ ਹੈ। ਅਤੇ ਦਾਦੂ ਨੇ ਹੋਰ ਜਾਣ ਦਿੱਤਾ ਸੀ ਕਿ ਤੁਸੀਂ ਰਾਤੋ ਰਾਤ ਦੇ ਸ਼ਹਿਰ ਛੱਡ ਕੇ ਕਰਦੇ ਹੋ ਗੋਇੰਦਵਾਲ ਸਾਹਿਬ, ਅਤੇ ਗੁਰੂ ਉਸ ਤੋਂ ਪਹਿਲਾਂ ਜਦੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਏ ਨਾ ਗੁਰੂ ਪਟਿਆਲੇ ਵਿੱਚ, ਗੁਰੂ ਨਾਨਕ ਸਾਹਿਬ ਸਾਖਰਾਂ ਤੁਰ ਗਏ ਅਤੇ ਗੁਰੂ ਅੰਗਦ ਦੇਵ ਜੀ ਵੀ ਬਰਾਤ 'ਚ ਆ ਗਏ ਸੀ, ਜਿਸ ਪਿਆਰੇ ਸੁਣੇ ਹੋ ਕਿਸ ਆਗੇ ਮਰ ਚਲੀਏ, ਇੱਕ ਜੀਵਨ ਸੰਸਾਰ ਆਗੇ ਪਾਛੇ ਜੀਵਣਾ। ਉਦੋਂ ਥੋੜ੍ਹਾ ਚਿਰ ਵਾਸਤੇ ਗੁਰੂ ਅੰਗਦ ਦੇਵ ਜੀ ਵੀ ਮਾਤਾ ਭਰਾਈ ਦੇ ਘਰ ਇੱਕ ਕਮਰੇ ਦੇ ਵਿੱਚ ਬੈਠ ਗਏ ਸੀ ਅਤੇ ਮਾਤਾ ਨੂੰ ਦੱਸਿਆ ਸੀ ਬਾਹਰੋਂ ਲੋਕ ਲਾ ਦਿਓ, ਦੱਸਿਓ ਨਾ ਕਿਸੇ ਨੂੰ, ਅਤੇ ਉਹ ਵੀ ਫਿਰ ਕਿਉਂਕਿ ਮਨ ਸੀਗਾ ਬਾਬਾ ਬੁੱਢਾ ਜੀ ਨੂੰ ਵੀ ਬੁੱਢਿਆਂ ਤੇ ਇੱਥੋਂ ਕਦੇ ਉਹਦੇ ਨਾਲ ਹੋ ਸਕਦੇ, ਜਦੋਂ ਸੰਗਤਾਂ ਨੇ ਬੇਨਤੀ ਕੀਤੀ ਨਾ ਬਾਬਾ ਬੁੱਢਾ ਜੀ ਨੂੰ ਕਰਤਾਰਪੁਰ ਸਾਹਿਬ ਜਾ ਕੇ ਵੀ ਤੁਸੀਂ ਪ੍ਰਗਟ ਕਰੋ ਗੁਰੂ ਅੰਗਦ ਦੇਵ ਜੀ ਸਾਨੂੰ ਦਿਸ ਨਹੀਂ ਰਹੇ, ਅਤੇ ਉਹਨਾਂ ਨੇ ਆ ਕੇ ਫਿਰ ਕਿਉਂਕਿ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਉਹ ਮਾਤਾ ਭਰਾਈ ਦੇ ਬੂਹੇ ਦੇ ਅੱਗੇ ਆ ਕੇ ਸੰਗਤਾਂ ਨੂੰ ਬਿਠਾ ਕੇ ਉਹਨਾਂ ਨੂੰ ਸ਼ਬਦ ਪੜ੍ਹਿਆ ਸੀ ਦਰਬਾਰ ਦੇ ਠੰਡੇ ਦਰਬਾਰ, ਤੁਝ ਮੇਰੇ ਸੁਰਖ ਕਰੇ ਕੋ ਮੇਰੀ ਦਰਸ਼ਨ ਦਿੱਤੇ ਖੋਲ ਕੁਮਾਰ ਦੀ, ਉਹ ਜਦੋਂ ਚੱਲਿਆ ਸੀ ਤਾਂ ਫਿਰ ਗੁਰੂ ਅੰਗਦ ਦੇਵ ਜੀ ਨੂੰ ਆਉਣਾ ਪਿਆ ਸੀ ਦਰਸ਼ਨ ਦੇਣ ਲਈ, ਉੱਥੇ ਪ੍ਰਗਟ ਕੀਤਾ। ਫਿਰ ਗੁਰੂ ਅਮਰਦਾਸ ਜੀ ਤੋਂ ਸੰਤ ਸਾਹਿਬ ਚਲੇ ਗਏ ਨੇ, ਤੁਸੀਂ ਕਈਆਂ ਨੇ ਦਰਸ਼ਨ ਕੀਤੇ ਹੋਣੇ ਆ, ਅਤੇ ਦਾਤੂ ਜੀ ਨੇ ਜਦੋਂ ਇਹ ਘਟਨਾ ਕੀਤੀ ਅਤੇ ਗੁਰੂ ਅਮਰਦਾਸ ਜੀ ਜੋੜਾਂ ਦਾ ਪਿੰਡ ਹੈ ਬੱਸ ਅੱਗੇ ਗਿਲਾਂ, ਉੱਥੇ ਬਾਅਦ ਖੇਤਾਂ ਦੇ ਵਿੱਚ ਕੋਠਾ ਸੀ ਜਿਸ ਵਿੱਚ ਬੈਠ ਕੇ ਉਹਨਾਂ ਨੇ ਅੰਦਰੋਂ ਕੁੜੀ ਲਾ ਕੇ ਨਾਮ ਲਿਖ ਕੇ ਲਾ ਦਿੱਤਾ ਸੀ ਕਿ ਜਿਹੜਾ ਵੀ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਮੇਰਾ ਸਿੱਖ ਨਹੀਂ ਹੋਏਗਾ। ਉਦੋਂ ਫਿਰ ਬਾਬਾ ਬੁੱਢਾ ਜੀ ਨੂੰ ਸੰਗਤਾਂ ਨੇ ਬੇਨਤੀ ਕਰਕੇ ਉੱਥੇ ਲੈ ਕੇ ਗਿਆ ਸੀ, ਉੱਥੇ ਫਿਰ ਉਹਨਾਂ ਨੇ ਸਾਂਝ ਲਾਈ ਸੀ ਜਿੱਥੇ ਅੱਜ ਗੁਰਦੁਆਰਾ ਸੰਤ ਸਾਹਿਬ ਬਣੇ ਤੁਸੀਂ ਦਰਸ਼ਨ ਕਰਦੇ ਹੋ। ਅਤੇ ਜਦੋਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਵੀ ਤੁਹਾਨੂੰ ਜੋ ਹੁਕਮ ਕੀਤਾ ਸੀ ਕਿ ਤੁਸੀਂ ਦਰਵਾਜ਼ਾ ਨਹੀਂ ਖੋਲ੍ਹਣਾ, ਤਾਂ ਕਹਿਣ ਲੱਗੇ ਜੀ ਦਰਵਾਜ਼ਾ ਨਹੀਂ ਅਸੀਂ ਖੋਲ੍ਹਿਆ, ਅਸੀਂ ਤਾਂ ਪਿੱਛੋਂ ਆਏ ਹਾਂ। ਇਸ ਕਰਕੇ ਯੁਕਤੀ ਹੁੰਦੀ ਹੈ ਮਹਾਂਪੁਰਖਾਂ ਕੋਲ ਕਿਸ ਤਰ੍ਹਾਂ ਅਸੀਂ ਆਪਣੇ ਸੰਗਤਾਂ ਨੂੰ
जोड़ी रखना है सतगुरु के नाल। उस तो बाद फिर बड़ा लंबा समा धन धन रामदास गुर जिन सिरिया तिन्हें सवारिया, जो गुरु अमरदास जी ने अमृतसर साहब की नींह रखने वास्ते गुरु रामदास जी को कहा है, उस समय फिर बाबा बुढ़ा जी गुरु रामदास के नाल संतोख सर साहब की सेवा पहला शुरू कराई और उस तो बाद अमृतसर सरोवर की सेवा बाबा बुढ़ा जी आज भी तुम देख रहे हो। इतने बेर साहब है जिते उन्होंने बहुत महान सेवावान निभाइया। उस तो बाद गुरु रामदास के समय हरिमंदर साहब की उसारी के लिए बाबा बुढ़ा जी का बड़ा योगदान है और जो गुरु अर्जन देव जी महाराज जी ने उठी परमेश्वर का थान सारी बाणी एक थान करके जिस दिन प्रकाश करना सी हरिमंदर साहब के उस दिन ही जो वड्याई मिली है बाबा बुढ़ा जी को जिन्हें सतगुरों ने दर्शन कर रहे हो वह बाबा बुढ़ा जी के शीस के उत्ते टिका के नगर कीर्तन के रूप में संतान ने हरिमंदर साहब विखे स्थापित किया ही उठी परमेश्वर का थान। तो उदों ही गुरु बाबा बुढ़ा जी को पहले हज ग्रंथी मान की जो सेवा मिली है। इस तरह जो जवाहर जिसे दर्शन कर रहे हो बीर बाबा बुढ़ा साहब उत्थे फिर जो गए हैं उदों फिर गुरु अर्जन देव जी के घर जो आप बंदी छोड़ के सुनाया है जिन्हों आप पढ़ते हाँ पांच प्यारे पांच पीर शखम पीर बैठा गुरभारी अर्जन गाया पढ़ के मूर्त हर गोबिंद सवारी गुरु हरगोबिंद साहब जी का जो भजन कीता सी माता गंगा जी ने वह भी बाबा बुढ़ा साहब जी को यह वड्याई मिली सी। उन्होंने वचन के नाल फिर गुरु नानक साहब जी ने बख्शिश की सी गुरु नानक तुठा की नीलात जो बाबा बुढ़ा साहब जी की बख्शिश के नाल अरदास के नाल गुरु हरगोबिंद साहब जी का जन्म होया सी। गुरु अर्जन देव जी घर विखे थे गुरु अर्जन देव जी तो बाद अकाल तख्त की स्थापना गुरु हरगोबिंद साहब ने की उ मीरी पीरी दो तो तलवारा बनाई गई सन वह भी बाबा बुढ़ा साहब जी को वड्याई मिली सी और इन महान सेवावान ने। तो फिर जो बजुर्गी आ गई बहुत तो फिर वचन करते हैं गुरु हरगोबिंद साहब जी को कि हम सू साडे पिंड जान दिओ तो ये वचन किया कि जो याद करिए जरूर आयो। उदों फिर गुरु प्यारे लास्ट वचन ने जो रामदास विखे अपने ग्रह विखे चले गए ने बाबा बुढ़ा जी उस समय गुरु हरगोबिंद साहब जी हरगोबिंदपुरा जो दरिया के कंढे ते पैंदा है नगर है उत्थे सन जदों अंत समा जिहा जी ने लिखिया तिहा हुकम कमाए झले आवे नानका सदे उठे जावे। वह फिर सदे उठी जाए तो महापाका अनुसार जदों महापाकाल पुरख वालों सदा आया बाबा बुढ़ा जी को उस समय बाबा बुढ़ा जी रामदास विखे अपने घर पलंघ के उपर लेटे हुए सन तो अंदरों ही तारा खड़ गई। गुरु हरगोबिंद साहब ने संगतों को हुक्म दे दिया कि आप रामदास जाना है। आ गए ने रामदास रामदास जो आए ने बाबा बुढ़ा जी लंबे पै हुए ने बैठ के उपर पलंघ के उपर और जो गुरु हरगोबिंद साहब जी के दर्शन हुए थे उठ के बैठ के मत जोड़ के गुरु हरगोबिंद साहब जी ने चरण परसे ने बाबा बुढ़ा जी के पैर वाल बैठ गए ने बैठ के गुरु हरगोबिंद साहब जी गुरु कह रहे हो गुरबाणी के नाल इन्ना प्यार से ना बहुत गुरबाणी उन्होंने जबानी बंश से और जो बाबा बुढ़ा जी मिलते थे ना तो एक ही उन्होंने बेनती करते होंगे कि बाबा जी तुम गुरु नानक साहब जी तो जपजी साहब सुने हैं सानू सुनाओ। वो जरूर बाबा बुढ़ा जी तो जपजी साहब का पाठ सुन रहे होंगे गुरु हरगोबिंद साहब जी तो अज भी बैठे ने पलंघ के उपर आमने सामने कह लगे बाबा जी जपजी साहब का पाठ सुनाओ। बाबा बुढ़ा जी बैठ के अंतर ध्यान होने शुरू कर दिता बोलना एक ओंकार तो लैके ज्यों ही चले ने कि उस चारा होइए कि कूड़े कूड़े पा लगे को नाम का भेद सच का भेद जो जपजी साहब दिता है वो फिर शुरू किया। अखीर से जो पहुंचे ने धर्मखंड तो ज्ञानखंड फिर सब खंड तो होंगे कर्मखंड जाते जाते सारे खंड पहुँच गए बाबा बुढ़ा जी। ज्यों ही शब्द उच्चारण किया जिन्हें नाम ते आया गए बसकत धार नानक दे मुख उजले केती छुपी नाल ते कहते नाल ही ना मने मथा अपना गुरु हरगोबिंद साहब के चरणों के उत्ते रख दिता ऐसा रखे फिर चुकया नहीं जो कह रहे
ऐसी बख्शिश है जिसने मिले से ना तो नाम साहब जी उसने जो किसी को कभी मथा गुरु नानक साहब ने आप उठाया सी उन्हें 12 साल की उम्र ते आज फिर गुरमुख जन्म सवार डर के चलिया सच्ची डर के जाए सच्चा पिट मदेया बाबा बुटा ने ऐसा मथा रखा फिर गुरु नानक के चरणा गुरु छेवें गुरु नानक फिर बाबा बुटा जी नैणा के नीर चल पाया संगतां उन्होंने फिर बधाइयां दित्तियां जो जब हाथा बहार शरणा तिन हाथा डर गए दे वल्याई धन धन शाबश कहे प्रभु को जब नानक मेल लै गल आई गुरु जन सवार दरगाह तलिया सच्ची दरगाह लाए सच्चा पिट मंदिया ऐसे दीन दयाल धन 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 बाबा बुढ़ा साहब जी जो सिखी कमा गए ने साडा वे फर्ज है उन्होंने नक्शे कदम से चलते हुए गुरबाणी गुरु नाल जुड़ी गई क्योंकि गुरु नानक साहब जी आप बैठे ने जो रूप हर आप गुरु नानक कहायो ये जो रूप आप ही गुरु नानक साहब जी बैठे ने दसां पातशाह जी जो के रूप विच इस करके अज असि भी ये बाबा बुढ़ा जी 12 साल की उम्र के ये उपदेश लैके कमा सकते थे अज तो साड़ी आरजा बहुत लंबी हो गई है सानू भी ये उपदेश के चलन की अरदास बेनती सब लेकर करनी चाहिए है सबू कृपा करो कि लोग सुखिए पर लोग सुखे नान हर प्रगट आपे वेले समय भी घाट हो करके थोड़ा जहा जल्दी सी इस करके अपना फिर कि सतगुरु समा बख्शन क्योंकि अब लास्ट दौरान है दस फिर कि तरह की बेनती गुरबतक समा मिले कि अगले साल फिर दर्शन करा संगत बहुत प्यार वाली ने इतने बड़ा आनंद आया है 15 मिनट का पवान इतने चले ने सो बहुत वधिया लगा है इस करके इन्नी समय च रेंदे माया भी करते हैं अनेक फुल हो जाए ने गुरु के संगत बख्शन योग है बख्श लेना असीसा देनिया देहो सजन असीसड़िया जो हो गए साहब सुमेल कोटा कोट धनबाद है धन धन साधु साहब श्री गुरु ग्रंथ साहब जी महाराज जी का गुरु नानक साहब जी गुरु रामदास जी धन 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 बाबा बुढ़ा साहब जी गुरु तक जी धन 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 गुरु ग्रंथ साहब जी सारे प्रबंधकों का गुरु के कीर्तनियों का वजीर का सबक संकल हुई भुला जी वागुरु जी का खालसा वागुरु जी।